देश दुनिया च बसते पंजाबियों नूं खुशामदीद। मैं हरजिंदर सिंह रंधावा, तुसीं देख रहे हो पंजाब टैलीविजन, और मेरे नाल सीनियर जर्नलिस्ट रजीव भास्कर जी और रिंदरप्रीत जी। मैं जी आया आखदा बहुत बहुत शुक्रिया रंधावा जी, सारिआं नूं सति श्री अकाल जी। सवा चुकणियां भेद गुप्त रखण दीआं ते सरकारी फाइलां चों 94 सफे जारी करने, ट्वीट करने। सुखजिंदर सिंह रंधावा, साल पहलां 2022 दे विच इक पत्र जिहड़ा उहनां मुख्यमंत्री नूं लिखिआ सीगा ਉਹ ਮੀਡੀਆ ਨੂੰ ਲੀਕ ਕਰ ਦਿੰਦੇ ਆ ਤੇ ਉਹੀ ਪੱਤਰ ਕੱਲ ਮੁੱਖ ਮੰਤਰੀ ਦੁਬਾਰਾ ਸਰਕਾਰੀ ਫਾਈਲ ਦੇ ਵਿੱਚੋਂ ਲੀਕ ਕਰ ਦਿੰਦੇ ਆ। ਮੁੱਖ ਮੰਤਰੀ ਕੱਲ ਸਰਕਾਰੀ ਫਾਈਲ ਜਿਹਦੇ ਵਿੱਚ ਨੋਟਿੰਗ ਹੋਈ ਹੋਈ ਸੀ ਉਹਨੂੰ ਟਵੀਟ ਕਰ ਦਿੰਦੇ ਆ, ਤੇ ਫਿਰ ਜਿਸ ਦਿਨ ਸਹੁੰ ਚੁੱਕੀ ਸੀ ਗਵਰਨਰ ਦੇ ਸਾਹਮਣੇ ਕਿ ਜਿੰਨਾ ਚਿਰ ਜ਼ਰੂਰੀ ਨਾ ਹੋਊਗਾ ਅਸੀਂ ਕੋਈ ਵੀ ਦਸਤਾਵੇਜ਼ ਜਿਹੜਾ ਜਨਹਿਤ 'ਚ ਨਹੀਂ ਹੋਊਗਾ ਉਹਨੂੰ ਅਸੀਂ ਭੇਦ ਰੱਖਾਂਗੇ। ਕਿੱਥੇ ਗਏ ਵਾਅਦੇ, ਕਮਿਟਮੈਂਟਸ ਜਿਹੜੇ ਸੰਵਿਧਾਨ ਦੇ ਨਾਲ ਕੀਤੇ? ਇੰਜ ਤਾਂ ਲੱਗਦਾ ਹੀ ਹੁੰਦਾ ਨਾ ਸੰਵਿਧਾਨ। ਖੈਰ ਮੈਂ ਤਾਂ ਬੇ ਜਜ਼ਬਾਤੀ ਹੋ ਗਿਆ। ਕਾਂਗਰਸੀਆਂ ਨੇ 2 ਚੈਨਲ 3 ਮਹੀਨਿਆਂ ਲਈ ਬੈਨ ਕਰਤੇ। ਕੱਲ ਮੁੱਖ ਮੰਤਰੀ ਨੇ ਜਦੋਂ ਰੌਲੇ ਵੱਧ ਪੈ ਗਏ ਕਿ ਇਹ ਨੋਟਸ ਥੋੜੀ, ਫਿਰ ਅਸਲ ਨੋਟਸ ਜਾਰੀ ਕੀਤਾ। ਅਸਲ ਨੋਟਸ ਕੀ ਆ? ਕਿਉਂਕਿ ਸੁਖਜਿੰਦਰ ਸਿੰਘ ਰੰਧਾਵਾ ਕੱਲ ਕਹਿੰਦੇ ਸੀ 55 ਲੱਖ ਨੀ, 17 ਲੱਖ ਤੋਂ ਥੋੜੇ ਜੇ ਵੱਧ ਪੈਸੇ ਆ, ਸਾਰੀਆਂ ਚੀਜ਼ਾਂ ਨੂੰ ਅੱਗੇ ਵਧਾਉਂਦੇ ਆ। ਲੇਕਿਨ ਦੂਜਾ ਮਾਮਲਾ ਬਰਜਿੰਦਰ ਸਿੰਘ ਹਮਦਰਦ, ਬਰਜਿੰਦਰ ਸਿੰਘ ਹਮਦਰਦ ਕੱਲ ਵਿਜੀਲੈਂਸ ਦੇ ਸਾਹਮਣੇ 17 ਸਵਾਲਾਂ ਦੇ ਜਵਾਬ ਭੇਜਦੇ ਆ ਕਿ ਵਿਜੀਲੈਂਸ ਸੈਟਿਸਫਾਈ ਆ, ਅਗਲੀ ਵਾਰ ਦਾ ਸੰਮਨ ਤੁਰਿਆ ਕਿ ਨਹੀਂ ਆ, ਜੇ ਤੁਰਿਆ ਮਾਮਲਾ ਕਿੱਥੇ ਕੁ ਪਹੁੰਚਿਆ, ਗੱਲਾਂ ਮੁੱਕੀਆਂ ਕਿ ਲੜਾਈ ਜਾਰੀ ਆ। ਇਹਦੇ ਉੱਤੇ ਤੁਰਦਿਆਂ ਗਵਰਨਰ ਅਕਸਰ ਰੌਲਿਆਂ 'ਚ ਰਹਿੰਦੇ ਨੇ ਕਿ ਇਹ ਬਿੱਲ ਪਾਸ ਨਹੀਂ ਕਰਦੇ, ਇਹ ਬਿੱਲਾਂ 'ਤੇ ਦਸਤਖਤ ਨਹੀਂ ਕਰਦੇ। ਹੁਣ ਵੀ 4 ਬਿੱਲ ਗਏ ਹੋਏ ਆ ਪੰਜਾਬ ਦੇ ਗਵਰਨਰ ਕੋਲੇ, ਪਰ ਇੱਕ ਪਹਿਲਾ ਬਿੱਲ ਵਿਜੀਲੈਂਸ ਕਮਿਸ਼ਨ ਨੂੰ ਭੰਗ ਕਰਨ ਦਾ ਬਿੱਲ ਵਾਪਸ ਨਹੀਂ ਮੁੜਿਆ, ਆਬਜੈਕਟ ਵੀ ਨਹੀਂ ਕੀਤਾ। ਕਿਉਂ ਸਾਂਭਿਆ ਗਵਰਨਰ ਸਾਹਿਬ, ਕਦੇ ਦੱਸਿਓ। ਕਿਉਂਕਿ ਵਿਜੀਲੈਂਸ ਕਮਿਸ਼ਨ ਦੇ ਮੁਖੀ ਜਿਹੜੇ ਰਿਟਾਇਰਡ ਜਸਟਿਸ ਨੇ ਉਹ ਅਜੇ ਵੀ ਕੁਰਸੀ ਤੇ ਬੈਠੇ ਆ, ਮਹੀਨਿਆਂ ਦੇ ਮਹੀਨੇ ਲੰਘ ਗਏ ਤੇ ਹੁਣ ਅਜੇ ਵੀ ਉਹ ਦਫ਼ਤਰ ਵੀ ਲੱਗਦਾ ਹੈ ਤੇ ਸਾਰੀਆਂ ਗੱਲਾਂ ਤੁਰਦੀਆਂ। ਕੰਮ ਕੀ ਹੋ ਰਿਹਾ ਇਹ ਦੇਖਣ ਵਾਲੀ ਗੱਲ ਆ। ਸੁਨੀਲ ਜਾਖੜ ਦਾ ਪ੍ਰਧਾਨ ਬਣਨਾ ਭਾਜਪਾ ਦੇ ਪੰਜਾਬ ਦਾ ਪੱਕਾ ਹੈ। ਸਾਡੇ ਕੋਲ ਜਿਹੜੇ ਸਰੋਤ ਪੁਖਤਾ ਕਰ ਰਹੇ ਆ ਉਹ ਕਹਿੰਦੇ ਸਹਿਮਤੀ ਬਣ ਚੁੱਕੀ ਆ ਪ੍ਰਿੰਸੀਪਲੀ। ਸੁਨੀਲ ਜਾਖੜ ਨੂੰ ਵੀ ਦੱਸਿਆ ਜਾ ਚੁੱਕਿਆ, ਹਾਲਾਂਕਿ ਉਹ ਕਦੇ ਮੂੰਹ ਨਹੀਂ ਖੋਲ ਰਹੇ ਇਸ ਮਾਮਲੇ 'ਚ ਜਾਂ ਉਹਨਾਂ ਦੇ ਨੇੜਲੇ ਨਹੀਂ ਖੋਲ ਰਹੇ। ਲੇਕਿਨ ਇਹ ਕਲੀਅਰ ਆ ਕਿ ਪਹਿਲੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵੀ ਕਲੀਅਰ ਕਰਤਾ ਗਿਆ ਕਿ ਤੁਹਾਡੀ ਟਰਮ ਖਤਮ ਹੋ ਚੁੱਕੀ ਆ। ਨਵੇਂ ਪ੍ਰਧਾਨ ਨੂੰ ਕਦੋਂ ਲਾਇਆ ਜਾਂਦਾ ਇਹਦੇ ਉੱਤੇ ਮੰਥਨ ਹੈ ਕਿ ਅੰਦਰ ਕੋਈ ਰੋੜਾ ਅਟਕਾਉਣ ਵਾਲੇ ਲੋਕ ਕਾਮਯਾਬ ਹੋ ਸਕਣਗੇ ਕਿ ਨਹੀਂ। ਅਗਲੀ ਗੱਲ ਤੇ ਜਾਂਦੇ ਹਾਂ। ਇੱਕ ਰੌਲਾ ਪੈ ਗਿਆ ਅਖੇ ਗੁਰਜੀਤ ਔਜਲਾ ਅੰਮ੍ਰਿਤਸਰ ਦੇ MP ਤੇ ਖਡੂਰ ਸਾਹਿਬ ਦੇ MP ਜਸਬੀਰ ਡਿੰਪਾ, ਇਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਸਕਦੇ। ਅਗਲੇ ਗੁੱਸੇ 'ਚ ਆ ਗਏ, ਕਹਿੰਦੇ ਬਿਲਕੁਲ ਨਹੀਂ, ਨਿਰਮੂਲ ਖਬਰਾਂ ਸੀ ਨਹੀਂ ਜਾ ਰਹੇ। ਖੈਰ ਭਵਿੱਖ ਦੇ ਵਿੱਚ ਕੀ ਹੁੰਦਾ ਪਤਾ ਨਹੀਂ। ਇਹਦੇ ਉੱਤੇ ਜਾਂਦੇ ਹਾਂ। ਕੁੰਵਰ ਵਿਜੇ ਪ੍ਰਤਾਪ ਨੂੰ ਲੈ ਕੇ ਕੱਲ ਅਦਾਲਤ ਵਿੱਚ ਪੰਜਾਬ ਸਰਕਾਰ ਨੇ ਆਪਣਾ ਇੱਕ ਪੱਖ ਰੱਖਣਾ ਸੀ, ਨਹੀਂ ਰੱਖਿਆ। ਜਿਹੜੀ ਮੰਗ ਕੁਝ ਗਵਾਹ ਨੇ ਕੀਤੀ ਸੀਗੀ, 8 ਗਵਾਹ ਸੀ ਉਹਨਾਂ ਨੇ ਮੰਗ ਕੀਤੀ ਸੀ, ਅਗਲੀ ਤਰੀਕ ਪੈ ਗਈ ਆ। ਸੁਖਵਿੰਦਰ ਸਿੰਘ ਸੁੱਖੂ ਕੱਲ ਸ਼ਿਮਲੇ 'ਚ ਕਹਿੰਦੇ ਅਸੀਂ ਆਪਣਾ ਹਿੱਸਾ ਲੈ ਕੇ ਰਹਿਣਾ ਚੰਡੀਗੜ੍ਹ 'ਚੋਂ, ਉਹ ਭਲਿਓ ਮਾਨਸੋ ਜਿਹੜਾ ਸਾਨੂੰ ਮਿਲ ਗਿਆ ਤੁਸੀਂ ਵੀ ਲੈ ਲਿਓ, ਚਲੋ ਛੱਡਦੇ ਹਾਂ। ਇੰਦਰਪ੍ਰੀਤ ਜੀ, ਸਭ ਤੋਂ ਪਹਿਲਾਂ ਕੱਲ ਰੌਲਿਆਂ ਤੋਂ ਬਾਅਦ ਮੁੱਖ ਮੰਤਰੀ ਨੇ ਦੇਰ ਸ਼ਾਮ ਨੂੰ ਉਹ ਨੋਟਸ, ਅਸਲ ਜਿਹੜਾ ਸਹੀ ਮਾਇਨੇ 'ਚ ਨੋਟਸ ਹੁੰਦਾ ਹੈ, ਉਹ ਜਾਰੀ ਕਰਤਾ। ਪਹਿਲਾਂ ਤਾਂ ਇੱਕ ਫਾਈਲ ਦਾ ਇੱਕ ਸਫ਼ਾ ਕੀਤਾ ਸੀਗਾ ਟਵੀਟ, ਲੇਕਿਨ ਅਗਲਿਆਂ ਨੇ ਮੰਨਿਆ ਨਹੀਂ, ਕਹਿੰਦੇ ਇਹ ਕੀ ਆ। ਵੈਸੇ ਮੈਂ ਪਹਿਲਾਂ ਜਿਹੜਾ ਸਵਾਲ ਉਠਾਇਆ ਉਹ ਵੀ ਵਜ਼ਨਦਾਰ ਹੈ, ਪਹਿਲਾਂ ਤਾਂ ਮੈਨੂੰ ਉਸ ਨੋਟਸ ਬਾਰੇ ਦੱਸੋ, ਫਿਰ ਇਹ ਭੇਦ ਗੁਪਤ ਰੱਖਣ ਦੀ ਸਹੁੰ ਖਾ ਕੇ ਮੁੱਕਰ ਕਿਉਂ ਗਏ ਸਾਰੀਆਂ ਧਿਰਾਂ? ਤੇ ਖੈਰ ਮੈਂ ਅੱਗੇ ਵੀ ਨਾਲ ਜਾਊਂਗਾ ਕਿ ਕਾਂਗਰਸੀ ਹੈ, ਮੀਡੀਆ ਨਾਲ ਕਿਉਂ ਔਖੇ ਹੋ ਗਏ? ਤਿੰਨੀਆਂ ਚੀਜ਼ਾਂ ਨੂੰ ਕਲੱਬ ਕਰਕੇ ਵਧਾਈ ਹੈ। ਰੰਧਾਵਾ ਸਾਹਿਬ, ਕੱਲ ਦੇਰ ਸ਼ਾਮ ਜਿਹੜਾ ਹੈਗਾ ਉਹ ਹੋਮ ਡਿਪਾਰਟਮੈਂਟ ਨੇ ਇੱਕ ਨੋਟਿਸ ਜਾਰੀ ਕੀਤਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ। ਮੈਂ ਬਹੁਤ ਹੀ ਪਿਛਲੀ ਗੱਲ 'ਚ ਨਾ ਜਾਵਾਂ ਕਿਉਂਕਿ ਕਈ ਵਾਰ ਤੁਸੀਂ ਇਸ 'ਤੇ ਪ੍ਰੋਗਰਾਮ ਕਰ ਚੁੱਕੇ ਹੋ। ਲਗਾਤਾਰ ਮੁਖਤਾਰ ਅੰਸਾਰੀ ਨੂੰ ਰੋਪੜ ਦੀ ਜੇਲ੍ਹ ਦੇ ਵਿੱਚ ਰੱਖਣ ਦੇ ਅਤੇ ਉਹਦੇ ਲਈ ਕੇਸ ਲੜਨ ਦਾ ਜਿਹੜਾ ਵਕੀਲ ਕੀਤਾ ਸੀ ਦੁਸ਼ਯੰਤ ਦਵੇ, ਉਹਦਾ 55 ਲੱਖ ਰੁਪਇਆ ਬਣਦਾ ਹੈ, ਉਹਦਾ ਬਿੱਲ ਆਇਆ ਹੋਇਆ 55 ਲੱਖ ਰੁਪਏ ਦਾ, ਜਿਹੜਾ ਇੱਕ ਵਾਰ ਵਿਧਾਨ ਸਭਾ 'ਚ ਹੀ ਮੁੱਖ ਮੰਤਰੀ ਨੇ ਕਹਿਤਾ ਸੀ ਅਤੇ ਹਰਜੋਤ ਬੈਂਸ ਉਹਨਾਂ ਨੇ ਵੀ ਕਹਿਤਾ ਸੀ ਵੀ ਅਸੀਂ ਇਹ ਨਹੀਂ ਦੇਣਾ, ਉਦੋਂ ਉਹਨਾਂ ਕੋਲ ਮਹਿਕਮਾ ਸੀ ਇਹ। ਹੁਣ ਇਹ ਲਗਾਤਾਰ ਉਸ ਤੋਂ ਬਾਅਦ ਗੱਲਾਂ ਚੱਲੀ ਜਾ ਰਹੀਆਂ ਨੇ ਕਿ ਜੇ ਉਹਨਾਂ ਨੇ ਨਹੀਂ ਦੇਣਾ ਤਾਂ ਫਿਰ ਦੇਣਾ ਕਿਹਨੇ ਹੈ। ਤਾਂ ਕੱਲ੍ਹ ਉਹ ਜਿਹੜੀ ਨੋਟਿੰਗ ਡਿਪਾਰਟਮੈਂਟ ਵੱਲੋਂ ਭੇਜੀ ਜਾਂਦੀ ਹੈ ਉਹਦੇ ਵਿੱਚ ਇੱਕ ਸਫ਼ਾ CMO ਵੱਲੋਂ ਇਹ ਲਿਖਿਆ ਗਿਆ ਸੀਗਾ ਕਿ ਔਰ CM ਦੇ CM ਵੱਲੋਂ ਹੀ ਹੈ ਇੱਕ ਤਰ੍ਹਾਂ ਦਾ ਕਿ ਇਹ 55 ਲੱਖ ਰੁਪਇਆ ਸੁਖਜਿੰਦਰ ਰੰਧਾਵਾ ਉਦੋਂ ਦੇ ਜੇਲ੍ਹ ਮੰਤਰੀ ਅਤੇ ਮੁੱਖ ਮੰਤਰੀ ਜਿਹੜੇ ਜਿਹਨਾਂ ਕੋਲ ਗ੍ਰਹਿ ਵਿਭਾਗ ਸੀਗਾ ਇਹ ਉਹਨਾਂ ਤੋਂ ਵਸੂਲਿਆ ਜਾਣਾ ਬਣਦਾ, ਉਹਨਾਂ ਨੂੰ ਨੋਟਿਸ ਦਿਓ।
ਉਹ ਨੋਟਿੰਗ ਦਾ ਸੀ, ਨੋਟਿੰਗ ਦੇ ਉੱਤੇ ਫਿਰ ਜਿਹੜੀ ਫਿਰ ਕਾਰਵਾਈ ਫਿਰ ਰਾਤੀ ਦੇਰ ਸ਼ਾਮ ਹੋਈ, ਉਹਦੇ ਉੱਤੇ ਦੋਨਾਂ ਨੂੰ 55 ਲੱਖ ਰੁਪਏ ਦਾ ਨੋਟਿਸ ਦੇ ਦਿੱਤਾ ਗਿਆ ਔਰ ਉਹਨਾਂ ਨੂੰ 15 ਦਿਨ ਦੇ ਵਿੱਚ ਜਵਾਬ ਦੇਣ ਲਈ ਕਿਹਾ ਕਿ 15 ਦਿਨ ਦੇ ਅੰਦਰ ਅੰਦਰ ਜਵਾਬ ਦਿਓ ਵੀ ਤੁਹਾਡੇ ਤੋਂ ਇਹ ਕਿਉਂ ਨਾ ਵਸੂਲਿਆ ਜਾਏ। ਸੋ ਹੁਣ ਲੜਾਈ ਮਤਲਬ ਬਾਹਰ ਆਏਗੀ ਆ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਉਹ ਇਸ਼ੂ ਵੀ ਇੰਪੋਰਟੈਂਟ ਹੈ, ਉਹ ਹੈ ਭੇਦ ਗੁਪਤ ਰੱਖੇ ਜਾਣ ਨੂੰ ਏਦਾਂ ਹੁਣ ਸਾਰਵਜਨਿਕ ਕਰਨਾ। ਦੇਖੋ ਇਹ ਮੈਨੂੰ ਲੱਗਦਾ ਕਿ ਇਹ ਪਿਓਰਲੀ ਅਗਰ ਪੋਲੀਟੀਕਲ ਰਹਿੰਦਾ ਤਾਂ ਜ਼ਿਆਦਾ ਬੈਟਰ ਸੀ, ਪਰ ਇਹ ਲੜਾਈ ਹੁਣ ਕਾਨੂੰਨੀ ਉਹਦੇ ਵਿੱਚ ਆ ਗਈ ਹੈ। ਹੁਣ ਬਹੁਤ ਸਾਰੀਆਂ ਚਿੱਠੀਆਂ ਬਾਹਰ ਆਉਣਗੀਆਂ, ਹੋਰ ਵੀ ਆਉਣਗੀਆਂ, ਤੇ ਮੈਨੂੰ ਤਾਂ ਲੱਗਦਾ ਕਿ ਇਹ ਅਜੇ ਪਹਿਲੀਆਂ ਨੇ, ਜਦੋਂ ਲੜਾਈ ਫਿਰ ਅੱਗੇ ਵੱਧਦੀ ਹੈ ਫਿਰ ਤਾਂ ਹੋਰ ਵੀ ਆਉਂਦੀਆਂ ਹੁੰਦੀਆਂ ਨੇ, ਤੇ ਉਦੋਂ ਸਾਨੂੰ ਵੇਟ ਕਰਨੀ ਚਾਹੀਦੀ ਹੈ ਕਿ ਉਹ ਕਦੋਂ ਤੱਕ ਆ ਜਾਣਗੀਆਂ। ਕਿਉਂਕਿ ਜਦੋਂ ਵੀ ਸੁਖਜਿੰਦਰ ਰੰਧਾਵਾ ਜਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਕੋਈ ਵਾਰ ਕਰਨਗੇ ਅਗਲਾ, ਤਾਂ ਫਿਰ ਭਗਵੰਤ ਮਾਨ ਵੀ ਪਿੱਛੇ ਨਹੀਂ ਹਟਣਗੇ, ਉਹ ਸਾਰੀਆਂ ਫਾਈਲਾਂ ਤਾਂ ਫਰੋਲਣਗੀ ਜਿਨ੍ਹਾਂ ਦੇ ਵਿੱਚ ਇੱਕ ਭੇਦ ਕਈ ਇਹੋ ਜਿਹੇ ਹੁੰਦੇ ਆ ਜਿਹੜੇ ਗੁਪਤ ਰੱਖੇ ਜਾਂਦੇ ਆ। ਇੱਕ ਤਾਂ ਪੂਰੀ CMO 'ਚ ਇੱਕ ਬ੍ਰਾਂਚ ਹੈ, ਸੀਕ੍ਰੇਸੀ ਬ੍ਰਾਂਚ ਨੂੰ ਕਹਿੰਦੇ ਆ, ਗੁਪਤ ਸ਼ਾਖਾ, ਉਹ ਉਹਨਾਂ ਕੋਲ ਸਾਰਾ ਕੁਛ ਇਹ ਹੁੰਦਾ ਹੈ। ਮੈਨੂੰ ਲੱਗਦਾ ਕਿ ਉਹਨਾਂ ਦੇ ਕਰਮਚਾਰੀਆਂ ਤੋਂ ਇਹ ਸਾਰਾ ਲੈ ਕੇ ਇਨਕਫਾਸ਼ ਕੀਤਾ ਜਾਊਗਾ। ਜੀ ਇੰਦਰਪ੍ਰੀਤ ਜੀ, ਇੱਕ ਚੀਜ਼ ਮੈਂ ਕਹਿਣੀ ਚਾਹੁੰਦਾ, ਜਿਹੜੀ ਤੁਸੀਂ ਕਹਿ ਰਹੇ ਹੋ ਨਾ ਕਿ ਅਗਲਾ ਵਾਰ ਕੀ ਹੋਊਗਾ ਤੇ ਅਗਲੀ ਰਣਨੀਤੀ ਕੀ ਆ, ਕੁਝ ਅਧਿਕਾਰੀ ਜਿਨ੍ਹਾਂ ਦੇ ਵਿੱਚੋਂ ਹੁਣ ਬਹੁਤ ਵੱਡੇ ਅਧਿਕਾਰੀ ਵੀ ਸ਼ਾਮਿਲ ਹੈ, ਉਹਨਾਂ ਦੀ ਨੋਟਿੰਗ ਹੋਈ ਹੋਈ ਆ, ਦਸਤਖਤ ਹੋਏ ਹੋਏ ਆ ਕੁਝ ਫਾਈਲਾਂ ਦੇ ਟੁਕੜੇ, ਕੁਝ ਅੰਸ਼, ਔਰ ਜਿਨ੍ਹਾਂ ਦੇ ਵਿੱਚ ਵੱਡੇ ਅਧਿਕਾਰੀ, ਜਿਹੜੀ ਲੜਾਈ ਪੋਲੀਟੀਕਲ ਹੈ ਨਾ, ਇਹ ਕੱਲ ਨੂੰ ਪੋਲੀਟਿਕਸ ਦੀ ਨਹੀਂ ਰਹਿਣੀ, ਇਹਦੇ ਵਿੱਚ ਨੀਤੀਗਤ ਫੈਸਲਿਆਂ ਚ ਪ੍ਰਿੰਸੀਪਲ ਸੈਕਟਰੀ ਫਿੱਟ ਹੁੰਦੇ ਨੇ। ਮੈਨੂੰ ਲੱਗਦਾ ਇਹ ਕਾਂਗਰਸੀ ਵੀ ਅੱਗੇ ਵਧਾਉਣਗੇ ਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਵੀ ਅਗਲੀ ਅਗਾਂਹ ਵਧਣੀਆਂ ਗੱਲਾਂ। ਕੱਲ ਇੱਕ ਸ਼ਬਦ ਵਰਤਿਆ ਜਾ ਰਿਹਾ ਸੀ ਬਾਰ ਬਾਰ, ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ, ਹੁਣ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਆ, ਇਹ ਮੁੱਖ ਮੰਤਰੀ ਵੀ ਕਹਿਣਗੇ ਤੇ ਸੁਖਜਿੰਦਰ ਰੰਧਾਵਾ ਵੀ ਕਹਿਣਗੇ। ਕੈਪਟਨ ਅਮਰਿੰਦਰ ਸਿੰਘ ਤਾਂ ਕਹਿੰਦੇ ਸੀ ਮੇਰੇ ਕੋਲ 40 ਮੰਤਰੀਆਂ ਦੀਆਂ ਫਾਈਲਾਂ, ਹੋ ਸਕਦਾ ਉਹਨਾਂ ਸਾਰੀਆਂ ਫਾਈਲਾਂ ਦੇ ਨਾਲ ਨਾਲ ਜਦੋਂ ਘੁਆਉਂਦੀ ਜਾਂਦੀ ਸੀ ਇੱਕ ਇੱਕ ਰਖਵਾਈ ਹੋਵੇ ਆਪਣੇ ਕੋਲ ਵੀ ਇੱਕ ਕਾਪੀ ਕਰਕੇ ਮੇਰੇ ਵੀ ਪਿੱਛੇ ਗੁਪਤ ਛਾਪਖਾਨੇ ਦੇ ਵਿੱਚ ਰੱਖ ਦਿਆ ਕਰੋ। ਗੱਲ ਤੋਂ ਰੋਹਣ ਅੱਗੇ ਰੰਧਾਵਾ ਸਾਹਿਬ, ਜਿਹੜੀ ਗੱਲ ਤੁਸੀਂ ਕਹੀ ਹੈ ਬਿਲਕੁਲ ਠੀਕ ਹੈ, ਪਰ ਮੈਂ ਇਹਦੇ ਵਿੱਚ ਇੱਕ ਗੱਲ ਹੋਰ ਜੋੜਨਾ ਚਾਹੁੰਦਾ ਕਿ ਇਸ ਮਾਮਲੇ 'ਚ ਸਾਰੀਆਂ ਪੋਲੀਟੀਕਲ ਪਾਰਟੀਆਂ ਲਗਭਗ ਇੱਕੋ ਜਿਹੀਆਂ ਨੇ, ਕੋਈ ਅਲੱਗ ਨਹੀਂ ਹੈ। ਮੈਂ ਤੁਹਾਨੂੰ ਇਹ ਯਾਦ ਕਰਾਵਾਂ, ਜੇ ਅੱਜ ਕੈਪਟਨ ਅਮਰਿੰਦਰ ਸਿੰਘ ਜਾਂ ਸੁੱਖੀ ਰੰਧਾਵਾ ਹੋਣੀ ਇਸ ਗੱਲ ਦਾ ਵਿਰੋਧ ਕਰ ਰਹੇ ਹੈ, ਤਾਂ ਜਦੋਂ 2002 ਦੇ ਵਿੱਚ ਕੈਪਟਨ ਸਾਹਿਬ ਦੀ ਸਰਕਾਰ ਬਣੀ ਸੀ, ਉਦੋਂ ਰਵੀ ਸਿੱਧੂ ਵਾਲਾ ਕੇਸ ਜਿਹੜੀ ਲੈਟਰ ਮੁਕਤਾ, ਉਦੋਂ ਦੇ ਮੁੱਖ ਮੰਤਰੀ ਆਪਣੇ ਪ੍ਰਕਾਸ਼ ਸਿੰਘ ਬਾਦਲ ਹੋਣਾਂ ਨੇ ਲਿਖਿਆ ਸੀ UPSC ਨੂੰ ਕਿ ਰਵੀ ਸਿੱਧੂ ਨੂੰ ਚੇਅਰਮੈਨ ਬਣਾਤਾ ਜਾਏ ਜਾਂ ਮੈਂਬਰ ਬਣਾਇਆ ਜਾਏ ਉੱਥੇ UPSC ਦੇ ਵਿੱਚ, ਉਹ ਵੀ ਇਸੇ ਤਰ੍ਹਾਂ ਹੀ ਲੀਕ ਹੋਇਆ ਸੀ ਔਰ ਬਹੁਤ ਉਸ 'ਤੇ ਮਤਲਬ ਇਹ ਕਾਫੀ ਜ਼ਿਆਦਾ ਇਸ 'ਤੇ ਰਾਜਨੀਤੀ ਵੀ ਹੋਈ ਔਰ ਕਈ ਅਫਸਰਾਂ 'ਤੇ ਗਾਜ ਵੀ ਗਿਰੀ। ਪਰ ਇਹ ਸਵਾਲ ਇਸ ਗੱਲ ਦਾ ਹੈ ਕਿ ਜਦੋਂ ਵਾਕਈ ਜਦੋਂ ਅਸੀਂ ਕੋਈ ਸਹੁੰ ਚੱਕ ਲੈਂਦੇ ਹਾਂ ਤਾਂ ਇਹ ਕਿੰਨੀ ਕੁ ਜ਼ਰੂਰੀ ਹੁੰਦੀ ਹੈ ਜਿਹੜੀ ਇਸ ਕਿਸਮ ਦੀ ਲੜਾਈ ਹੁੰਦੀ ਹੈ। ਮੈਨੂੰ ਲੱਗਦਾ ਕਿ ਇਹ ਕਰ ਦੇਣੇ ਚਾਹੀਦੇ ਲੀਕ ਅਗਰ ਕਰਨੇ ਹੋਣ ਤਾਂ, ਪਰ ਮੁੱਖ ਮੰਤਰੀ ਨੂੰ ਨਹੀਂ ਕਰਨੇ ਚਾਹੀਦੇ, ਇਹ ਲੀਕ ਕਰਵਾ ਦੇਣੇ ਚਾਹੀਦੇ ਆ ਕਿਸੇ ਹੋਰ ਥਾਂ ਤੋਂ। ਇਹ ਜਿਹੜੀਆਂ ਗੱਲਾਂ ਹੋਣੀਆਂ ਨੇ ਇਹ ਠੀਕ ਨਹੀਂ ਚਾਹੀਦੀ ਆ, ਇਹ ਤਾਂ ਸਾਡੇ ਵਰਗਿਆਂ ਦਾ ਕੰਮ ਹੈ ਨਾ। ਇਹ ਇੱਕ ਪੱਤਰਕਾਰ ਦੇ ਅੰਦਰ ਦਾ ਦੁੱਖ ਬੋਲਿਆ ਵੀ ਜੇਕਰ ਲੀਕ ਨਹੀਂ ਚੀਜ਼ਾਂ ਹੋਣਗੀਆਂ ਫਿਰ ਸਾਡੇ ਰੋਲ ਨੂੰ ਘਟਾ ਕੇ ਦੇਖਿਆ ਜਾਊਗਾ। ਹਾਂ, ਆਮ ਤੌਰ ਤੇ ਆਰਡਰ ਰਿਲੀਜ਼ ਹੋ ਜਾਂਦੇ ਆ, ਫੈਸਲੇ ਰਿਲੀਜ਼ ਹੋ ਜਾਂਦੇ ਆ, ਲੇਕਿਨ ਸਵਾਲ ਇਹ ਆ ਕਿ ਫੈਸਲਿਆਂ ਤੋਂ ਪਹਿਲਾਂ ਫਾਈਲਾਂ ਦੇ ਵਿੱਚ ਹੁੰਦੀਆਂ ਨੋਟਿੰਗਸ, ਜਿਹੜੀਆਂ ਨੋਟਿੰਗਸ ਪਿਓਰਲੀ ਸਰਕਾਰੀ ਦਸਤਾਵੇਜ਼ ਹੁੰਦੀਆਂ, ਕਿੰਨੇ ਕੀ ਲਿਖਿਆ, ਫੈਸਲਾ ਲੈਣ ਦੇ ਵਿੱਚ ਕਿੰਨੇ ਡਾਇਸੈਂਟ ਨੋਟ ਦਿੱਤਾ, ਕਿੰਨੇ ਸਹਿਮਤੀ ਦਿੱਤੀ, ਕਿੰਨੇ ਉਹਦੇ ਵਿੱਚ ਆਪਣਾ ਪੱਖ ਰੱਖਿਆ, ਇਹ ਸਾਰੇ ਪੱਖ ਪਹਿਲੂ ਆ। ਫੈਸਲਾ ਜਦੋਂ ਆਉਂਦਾ ਉਹ ਇੱਕ ਨਿਯਮ ਹੁੰਦਾ, ਉਹ ਕਾਇਦਾ ਕਾਨੂੰਨ ਬਣ ਜਾਂਦਾ ਹੈ, ਆਰਡਰ ਜਦੋਂ ਜਾਰੀ ਹੁੰਦੇ ਆ ਇੱਕ ਵੱਖਰੀ ਗੱਲ ਆ, ਪਰ ਆਰਡਰ ਹੋਣ ਤੋਂ ਪਹਿਲਾਂ ਦੀਆਂ ਨੋਟਿੰਗਸ ਨੂੰ ਜੇ ਸਾਹਮਣੇ ਲਿਆਓਗੇ ਬਸ ਸਾਡੇ ਲਈ ਤਾਂ ਬਹੁਤ ਬਿਹਤਰ ਹੈ। ਪਰ ਤੁਹਾਡੀ ਸਹੁੰ ਦਾ ਕੀ ਬਣਿਆ, ਸਵਾਲ ਤਾਂ ਉੱਥੇ ਆ ਜੀ। ਹਾਂਜੀ ਬਿਲਕੁਲ, ਉਹਨਾਂ ਦੀ ਸਹੁੰ ਦਾ ਫਿਰ ਕੀ ਬਣੂਗਾ, ਫਿਰ ਤਾਂ ਮੈਨੂੰ ਲੱਗਦਾ ਕਿ ਅੱਛਾ ਇੱਕ ਹੋਰ ਵੀ ਹੈ ਇਹਦੇ ਵਿੱਚ ਰੰਧਾਵਾ ਸਾਹਿਬ, ਜਦੋਂ ਅਸੀਂ RTI ਐਕਟ ਵੀ ਪਾਸ ਕਰਤਾ ਤਾਂ ਸਹੁੰ ਤਾਂ ਮੈਨੂੰ ਲੱਗਦਾ ਉੱਥੇ ਵੀ ਖਤਮ ਹੀ ਹੋ ਜਾਂਦੀ ਹੈ, ਕਿਉਂਕਿ RTI ਐਕਟ ਦੇ ਵਿੱਚ ਵੀ ਤੁਸੀਂ ਇਕੱਲੀ ਇਕੱਲੀ ਨੋਟਿੰਗ ਦੇਣ ਦੇ ਮਤਲਬ ਵੱਧ ਦਿਓ, ਜੇ ਤੁਸੀਂ ਨਹੀਂ ਦਿੱਤੀ ਤਾਂ ਤੁਹਾਡੇ 'ਤੇ ਜੁਰਮਾਨੇ ਵੀ ਪੈ ਸਕਦੇ ਹੈ। CMO ਦੇ ਵਿੱਚ ਇੱਕ ਅਧਿਕਾਰੀ ਨੂੰ ਇਸ ਤਰ੍ਹਾਂ ₹10,000 ਦਾ ਫਾਈਨ ਲੱਗ ਚੁੱਕਿਆ ਆਲਰੇਡੀ। ਸੋ ਕਈ ਵਾਰੀ ਇੱਦਾਂ ਦੀਆਂ ਚੀਜ਼ਾਂ ਆ ਜਾਂਦੀਆਂ, ਉੱਥੇ ਸਿਰਫ ਔਰ ਸਿਰਫ ਇੱਕ ਚੀਜ਼ ਨੂੰ ਛੂਟ ਹੈ ਵੀ ਜਿਹੜੀ ਸੁਰੱਖਿਆ ਦਾ ਮਾਮਲਾ ਹੈ, ਸੁਰੱਖਿਆ ਨਾਲ ਜੁੜਿਆ ਹੋਇਆ ਕੋਈ ਮਾਮਲਾ ਹੈ ਉਹ ਤੁਸੀਂ ਨਾ ਦਿਓ, ਲੇਕਿਨ RTI 'ਚ ਤਾਂ ਉਹ ਵੀ ਮਿਲ ਜਾਂਦਾ। ਤਾਂ ਮੈਨੂੰ ਲੱਗਦਾ ਜਿਹੜੀ ਤੁਸੀਂ ਸਹੁੰ ਵਾਲੀ ਗੱਲ ਪਹਿਲਾਂ ਕੀਤੀ ਸੀਗੀ, ਉਹ ਸਹੁੰ ਵਾਲੀ ਗੱਲ ਤਾਂ ਹੁਣ ਬਹੁਤੀ ਰਹੀ ਨਹੀਂ ਹੈ। ਤੁਸੀਂ ਪਹਿਲਾਂ ਇੱਕ ਗੱਲ ਕਹੀ ਸੀ, ਲੀਕ ਕਰੋ ਜਮ ਕਰੋ, ਪਰ ਆਪ ਨਾ ਕਰੋ, ਜਿੰਨਾ ਸਹੁੰਆਂ ਖਾਧੀਆਂ ਕਰਾਓ, RTI ਦੇ ਰਾਹੀਂ ਕਰਾਓ, ਆਪਣੇ ਬੰਦਿਆਂ ਤੋਂ RTI ਪਵਾਓ, ਕੀ ਫਰਕ ਪੈਂਦਾ, ਇੱਕੋ ਦਿਨ 'ਚ ਜਵਾਬ ਦੇ ਦਿਓ।
ਸਵਾਲ ਤਾਂ ਇਸ ਗੱਲ ਦਾ ਹੈ ਕਿ ਜਦੋਂ ਕੋਈ ਸਰਕਾਰੀ ਦਸਤਾਵੇਜ਼ ਲੀਕ ਹੋ ਰਿਹਾ ਤਾਂ ਇਹ ਸਿਰਫ ਤੇ ਸਿਰਫ ਉਹੀ ਦਸਤਾਵੇਜ਼ ਲੀਕ ਕਿਉਂ ਹੁੰਦੇ ਜਿਹੜੇ ਵਿਰੋਧੀਆਂ ਨੂੰ ਤੰਗ ਕਰਦੇ ਆ, ਇਸੇ ਤਰ੍ਹਾਂ ਉਹ ਦਸਤਾਵੇਜ਼ ਕਿਉਂ ਜੇਬਾਂ 'ਚ ਪਾ ਕੇ ਲੈ ਜਾਏ ਜਾਂਦੇ ਜਿਹੜੇ ਕੱਲ ਨੂੰ ਲੋੜ ਪੈਣੇ ਹੁੰਦੇ ਆ। ਸਵਾਲ ਇਸ ਗੱਲ ਦੀ ਨਹੀਂ ਕਿ ਲੀਕ ਹੁੰਦੇ ਆ, RTI 'ਚ ਮਿਲਦੇ, ਸਵਾਲ ਉਹ ਜਿੰਨਾ ਸੌਂਹਾਂ ਖਾਧੀਆਂ ਸਿਰਫ ਉਹ ਨਾ ਕਰਨ। 15 ਤੇ ਹੈਗੇ ਆ, ਕਿੰਨੇ ਕੁ ਹੈਗੇ ਸੌਂਹ ਖਾਣ ਵਾਲੇ ਦੱਸਿਓ ਤਾਂ ਜ਼ਰਾ। ਐਗਜੈਕਟਲੀ ਇਹੀ ਮੈਂ ਉਹੀ ਕਹਿ ਰਿਹਾ ਕਿ ਜਦੋਂ ਬਹੁਤ ਸਾਰੇ ਤਰੀਕੇ ਹੁੰਦੇ ਸਰਕਾਰਾਂ ਦੇ ਕੰਮ ਕਰਨ ਦੇ, ਇਹ ਨਹੀਂ ਹੁੰਦਾ ਹੁੰਦਾ ਕਿ ਕਦੇ ਸਿੱਧੇ ਸਿੱਧੇ ਮੁੱਖ ਮੰਤਰੀ ਆਪ ਹੀ ਟਵੀਟ ਕਰਕੇ ਰਿਲੀਜ਼ ਕਰੀ ਜਾਣ। ਇਹ ਥੋੜ੍ਹਾ ਜਿਹਾ ਇਹ ਸਰਕਾਰ ਦੇ ਵਿੱਚ ਅੱਗੇ ਕੰਮ ਵਧਿਆ ਹੈਗਾ ਔਰ ਇਹ ਪਹਾ ਪੈ ਗਿਆ ਔਰ ਇਹ ਕਿੰਨੀ ਚੌੜੀ ਸੜਕ ਬਣ ਜਾਣੀ ਹੈ, ਉਸ ਤੋਂ ਬਾਅਦ ਇਹ ਆਉਣ ਵਾਲੀਆਂ ਸਰਕਾਰਾਂ 'ਚ ਤੁਹਾਨੂੰ ਆਪਣੇ ਆਪ ਹੀ ਪਤਾ ਚੱਲ ਜਾਏਗਾ। ਕਿਉਂਕਿ ਇਹ ਸਰਕਾਰ ਵੀ ਬਹੁਤ ਸਾਰੇ ਇਹੋ ਜਿਹੇ ਕੰਮ ਕਰ ਰਹੀ ਹੈ ਜਿਨ੍ਹਾਂ ਦਾ ਪੰਜਾਬ ਦੇ ਇੰਟਰਸਟ ਨਾਲ ਕੋਈ ਵਾਸਤਾ ਨਹੀਂ ਉਦੋਂ, ਔਰ ਕਰੋੜਾਂ ਰੁਪਏ ਦੇ ਬਿੱਲ ਉਹਦੇ ਵਿੱਚ ਸ਼ਾਮਲ ਨੇ, ਤਾਂ ਉਹਦਾ ਉਹਦੀ ਜਵਾਬਦੇਹੀ ਕਿਵੇਂ ਤੈਅ ਹੋਊਗੀ। ਹੁਣ ਤਾਂ 55 ਲੱਖ ਦਾ ਮਾਮਲਾ ਹੈ, ਹੋ ਸਕਦਾ ਦੋਨੋਂ ਸੁੱਖੀ ਰੰਧਾਵਾ ਤੇ ਕੈਪਟਨ ਅਮਰਿੰਦਰ ਸਿੰਘ ਦੇ ਹੀ ਦੇਣ, ਪਰ ਜੇ ਕਰੋੜਾਂ ਰੁਪਏ ਦੀ ਦੇਣਦਾਰੀ ਦਾ ਮਾਮਲਾ ਆ ਗਿਆ ਤਾਂ ਫਿਰ ਉਹ ਕੌਣ ਪੇ ਕਰੇਗਾ, ਇਹ ਵੀ ਨਾਲ ਸਵਾਲ ਖੜੇ ਹੋ ਗਏ। ਇਹ ਸਵਾਲ ਤਾਂ ਖੜੇ ਹੁੰਦੇ ਰਹਿਣਗੇ, ਸਵਾਲ ਇਸ ਗੱਲ ਦਾ ਕਿ ਲੋਕਾਂ ਦੀ ਸਰਕਾਰ ਹੈ ਤੇ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੀ ਹੈ, ਹਰ ਚੀਜ਼ ਸੋਸ਼ਲ ਮੀਡੀਆ ਤੇ ਆ, ਹਰ ਚੀਜ਼ ਲੋਕਾਂ ਦੇ ਕੋਲ ਆ। ਜਿਹੜੀ ਗੱਲ ਸਕੱਤਰੇਤ ਦੇ ਵਿੱਚ ਰੌਲਿਆਂ 'ਚ ਮੁੱਕ ਜਾਂਦੀ ਹੁੰਦੀ ਸੀ, ਅੰਦਰ ਖਾਤੇ ਕੋਈ ਕੋਈ ਪੱਤਰਕਾਰ ਬਾਹਰ ਕੱਢਦਾ ਸੀ। ਤੋ ਆਪਾਂ ਲੋਕਾਂ ਦੀ ਸਰਕਾਰ ਹੋਣ ਦਾ ਹੱਕ ਅਦਾ ਕਰ ਰਹੇ ਹਾਂ ਤੇ ਹੁੰਦਾ ਰਹਿਣਾ ਚਾਹੀਦਾ। ਪਰ ਇਹਦੇ 'ਚ ਮੈਂ ਅਗਲੀ ਗੱਲ ਜ਼ਰੂਰ ਕਰੂੰਗਾ ਕਿ ਭਾਸਕਰ ਸਾਹਿਬ, ਦਿੱਲੀ ਦੇ ਵਿੱਚ ਸਨਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਚੱਲ ਰਿਹਾ ਸੀ ਜਿਸ 'ਚ ਮੇਰੇ ਕੋਲ 1000 ਕਰੋੜ ਰੁਪਇਆ ਦੇਣਾ ਸੀ। ਪੰਜਾਬ ਜਿਹੜੀ ਦਿੱਲੀ ਦੀ ਗਵਰਨਮੈਂਟ ਕੇਜਰੀਵਾਲ ਦੀ ਸਰਕਾਰ ਨੇ ਕੋਈ 1000 ਕਰੋੜ ਰੁਪਇਆ ਦੇਣਾ ਸੀ, ਬਾਕੀ 2-3 ਹੋਰ ਸਰਕਾਰਾਂ ਸ਼ਾਮਿਲ ਸੀ। ਇਹਨਾਂ ਨੇ ਆਨਾਕਾਨੀ ਕੀਤੀ, ਟਾਲ ਮਟੋਲ ਕੀਤੀ ਤੇ ਸੁਪਰੀਮ ਕੋਰਟ ਨੇ ਝੱਟ ਦੇਣੀ ਕਹਿ ਦਿੱਤਾ ਵੀ ਦੱਸਿਓ ਪਿਛਲੇ 3 ਸਾਲਾਂ ਦਾ ਵਹੀ ਖਾਤਾ ਲਿਆਓ, ਹਿਸਾਬ ਅਗਲੀ ਤਰੀਕ ਤੇ, ਤੁਸੀਂ ਹੁਣ ਤੱਕ ਕਿੰਨੀ ਐਡ ਦਿੱਤੀ ਹੈ, ਕਿੰਨਾ ਇਸ਼ਤਿਹਾਰ ਦਿੱਤਾ ਹੈ, ਉਹ ਕਾਫੀ ਵੱਡੀ ਅਮਾਊਂਟ ਹੈ। ਭਾਰਤੀ ਜਨਤਾ ਪਾਰਟੀ ਦੇ ਕੁਝ ਲੀਡਰ ਕੱਲ੍ਹ ਪ੍ਰੈਸ ਕਾਨਫਰੰਸ ਕਰਕੇ ਕਹਿ ਰਹੇ ਸੀ ਕਿ ਲਗਭਗ ਪਿਛਲੇ 3 ਸਾਲਾਂ ਦੇ ਵਿੱਚ ਰੋਜ਼ 1.5 ਕਰੋੜ ਦੇ ਵਾਂਗ ਇਸ਼ਤਿਹਾਰ ਦਿੱਤੇ ਗਏ ਆ। ਤੇ ਹੁਣ ਸੁਪਰੀਮ ਕੋਰਟ ਨੇ ਪੁੱਛ ਲਿਆ ਵੀ ਜੇ ਤੁਹਾਡੇ ਕੋਲ ਇਸ ਵਿਕਾਸ ਦੇ ਪ੍ਰੋਜੈਕਟ ਲਈ ਪੈਸੇ ਹੈ ਨਹੀਂ ਤੇ ਆਪਣੀ ਸਰਕਾਰ ਜੋ ਤੁਹਾਡੀ ਕੰਮ ਕਰ ਰਹੀ ਆ ਇਹ ਲੋਕਾਂ ਨੂੰ ਦਿਖਾਉਣ ਲਈ ਜਿਹੜਾ ਤੁਸੀਂ ਇਸ਼ਤਿਹਾਰਬਾਜ਼ੀ ਕੀਤੀ ਉਹਦਾ ਹਿਸਾਬ ਦਿਓ, ਫਿਰ ਦੇਖਦੇ ਆ। ਹੁਣ ਇਹੀ ਗੱਲਾਂ ਜੇ ਪੰਜਾਬ ਨਾਲ ਕੱਲ੍ਹ ਨੂੰ ਜਾ ਕੇ ਵਾਪਰਦੀਆਂ, ਕਿਉਂਕਿ ਸਵਾਲ ਉਠਾਉਣੇ ਨਹੀਂ ਹੁੰਦੇ, ਸਵਾਲਾਂ ਦੇ ਜਵਾਬ ਵੀ ਦੇਣੇ ਪੈਂਦੇ ਆ। ਭਾਸਕਰ ਸਾਹਿਬ, ਕੱਲ੍ਹ ਕਾਂਗਰਸੀਆਂ ਨੇ 2 ਚੈਨਲਾਂ ਦਾ ਬਾਈਕਾਟ ਕਰਤਾ ਹੈ, ਇਸ ਗੱਲ ਨੂੰ ਅੱਗੇ ਤੋਰੋ, ਫਿਰ ਮੈਂ ਤੁਹਾਡੇ ਕੋਲ ਅਗਲਾ ਸਵਾਲ ਤੁਹਾਡੇ ਹਿੱਸੇ ਦਾ ਲੈ ਕੇ ਆਉਣਾ। ਇਹ ਸਾਰੇ ਮੁੱਦੇ ਤੇ ਆਪਣਾ ਵਿਊ ਪੁਆਇੰਟ ਰੱਖੋ। ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜੋ ਕੁਝ ਕੱਲ ਹੋਇਆ ਔਰ ਜਿਹੜਾ ਕੁਝ ਹੋ ਰਿਹਾ ਉਹ ਇੱਕ ਤਰੀਕੇ ਨਾਲ ਜਿੱਦਾਂ ਪਿੰਡਾਂ ਦੇ ਵਿੱਚ ਕੋਈ ਛਿੰਝ ਨਹੀਂ ਲੱਗਦੀ ਵੀ ਮੈਂ ਹੁਣ ਰੇਡ ਮਾਰਨ ਆ ਰਿਹਾ ਤੂੰ ਦੱਸ ਮੈਨੂੰ ਫੜ ਕੇ। ਹੁਣ ਮੁੱਖ ਮੰਤਰੀ ਟਵੀਟ ਕਰਕੇ ਇੱਕ ਨੋਟਿਸ ਦੀ ਗੱਲ ਕਰਦੇ ਆ, 2 ਘੰਟੇ ਚਲਾਓ ਉਹ ਰੰਧਾਵਾ ਉਹਨਾਂ ਵੀ ਇਹ ਕਹਿੰਦੇ ਨੇ ਕਿ ਮੈਂ 1 ਵਜੇ ਦੀ ਫਲਾਈਟ ਫੜਨੀ ਸੀ, ਹੁਣ 3:30 ਦੀ ਫਲਾਈਟ ਫੜੂੰਗਾ, ਮੈਂ ਹੁਣ ਨੋਟਿਸ ਲੈ ਕੇ ਹੀ ਜਾਊਂਗਾ। ਔਰ ਇੱਕ ਟਵਿੱਟਰ ਤੇ ਨੋਟਿਸ ਜਿਹਾ ਛੱਡ ਦਿੰਦੇ ਨੇ ਉਹ ਨੋਟਿਸ ਰੰਧਾਵਾ ਉਹਨਾਂ ਕਹਿੰਦੇ ਨੇ ਕਿ ਇਹ ਕਿੱਥੇ ਨੋਟਿਸ ਹੈ। ਔਰ ਇੱਕ ਪੱਤਰਕਾਰ ਨਾਲ ਜਦ ਬਹਿਸ ਵੀ ਹੁੰਦੀ ਹੈ ਤੇ ਰੰਧਾਵਾ ਉਹਨਾਂ ਬਾਰ ਬਾਰ ਇੱਕੋ ਗੱਲ ਕਹਿੰਦੇ ਨੇ ਵੀ ਤੁਸੀਂ ਬਾਰ ਬਾਰ ਇਹਨੂੰ ਨੋਟਿਸ ਕਹੀ ਜਾਂਦੇ ਹੋ ਔਰ ਤੁਸੀਂ ਮੈਨੂੰ ਕਹਿੰਦੇ ਹੋ ਵੀ ਸੀਐਮ ਦਾ ਟਵੀਟ ਦੇਖੋ ਅੰਸਾਰੀ ਵਾਲਾ ਨੋਟਿਸ, ਉਹ ਨੋਟਿਸ ਕਿੱਥੇ ਹੈ? ਇਹ ਤੇ ਫਾਈਲ ਦੀ ਨੋਟਿੰਗ ਹੈ, ਉਹ ਠੀਕ ਕਹਿ ਰਹੇ ਸੀਗੇ। ਫਾਈਲ ਦੀ ਨੋਟਿੰਗ ਨੂੰ ਨੋਟਿਸ ਦੇ ਤੌਰ ਤੇ ਪੇਸ਼ ਕਰਨ ਦੀ ਕੀ ਮਜਬੂਰੀ ਸੀ ਮੁੱਖ ਮੰਤਰੀ ਦੀ, ਸਾਨੂੰ ਨਹੀਂ ਸਮਝ ਆਉਂਦਾ। ਸਲੈਕਟਿਵ ਲੀਕ ਅਕਸਰ ਹੁੰਦੇ ਰਹਿੰਦੇ ਨੇ, ਇਸ ਤੋਂ ਪਹਿਲੇ ਵੀ ਤੁਸੀਂ ਇਹ ਦੇਖੋ ਕਿ 31 ਦਾ ਚੰਨੀ ਉਹਨਾਂ ਨੂੰ ਇੱਕ ਵਾਰਨਿੰਗ ਹੀ ਦੇਤੀ, ਜਿੱਦਾਂ ਕਹਿੰਦੇ ਨੇ ਆ ਰਿਹਾ ਰੇਡ ਪਾਉਣ ਤੇ ਹੁਣ ਫੜ ਕੇ ਦਿਖਾਉਣਾ। 31 ਮਈ ਨੂੰ 2 ਵਜੇ ਤੱਕ ਤੁਸੀਂ ਨਹੀਂ ਦੱਸੋਗੇ ਤੁਹਾਡੀ ਕੀ ਇਨਵੋਲਵਮੈਂਟ ਹੈ, ਸਿਰਫ 2:01 ਤੇ ਮੈਂ ਕਰ ਦੂੰਗਾ ਲੀਕ ਜਾਂ ਮੈਂ ਕਰ ਦੂੰਗਾ ਉਹ ਸਾਰੇ ਖੁਲਾਸੇ। ਖੁਲਾਸੇ ਕਰਤੇ, ਕੇਸ ਹਜੇ ਤੱਕ ਦਰਜ ਨਹੀਂ ਹੋਇਆ। ਓਪਰੇਸ਼ਨ ਲੋਟਸ ਦੇ ਮੁੱਦੇ ਦੇ ਉੱਤੇ 10 MLA ਨੇ ਕੰਪਲੇਂਟ ਕੀਤੀ, ਐਕਸ਼ਨ ਹਜੇ ਤੱਕ ਨਹੀਂ ਹੋਇਆ। ਕੱਲ੍ਹ ਦੇਰ ਰਾਤ ਨੂੰ ਨੋਟਿਸ ਇਸ ਕਰਕੇ ਦੇ ਦਿੱਤਾ ਗਿਆ ਕਿਉਂਕਿ ਉਹ ਮਜਬੂਰੀ ਬਣ ਗਿਆ ਸੀ, ਚੈਲੰਜ ਕਰ ਬੈਠੇ ਸੀ ਔਰ ਰੰਧਾਵਾ ਉਹਨਾਂ ਆਪਣੀ ਗੱਲ ਨੂੰ ਅੱਗੇ ਤੋੜਦੇ ਹੋਏ ਨਜ਼ਰ ਆ ਰਹੇ ਸੀ ਕਿ ਵੀ ਨੋਟਿਸ ਕਿੱਥੇ ਹੈਗਾ। ਓਫੀਸ਼ੀਅਲ ਸੀਕਰੇਟ ਐਕਟ ਔਰ ਓਥ ਆਫ ਸੀਕਰੇਸੀ ਦਾ ਸ਼ਰੇਆਮ ਵਾਇਲੇਸ਼ਨ ਹੋਇਆ, ਇਹਦੇ ਉੱਤੇ ਤੇ ਹਜੇ ਗੱਲ ਤੁਰਨੀ ਬਾਕੀ ਹੈ। ਇਹ ਗੱਲਾਂ ਹਜੇ ਤੁਰਨੀ ਬਾਕੀ ਸੀਗੀ, ਪਰ ਹਾਂ 2 TV ਚੈਨਲਾਂ ਦੇ ਖਿਲਾਫ ਕਾਂਗਰਸ ਨੂੰ ਚੜ ਗਿਆ ਗੁੱਸਾ, ਕਿਉਂਕਿ 1 TV ਚੈਨਲ ਦੇ ਖਿਲਾਫ ਤੇ ਸੋਸ਼ਲ ਮੀਡੀਆ ਦੇ ਵਿੱਚ ਸਾਰਿਆਂ ਨੇ ਕੱਲ੍ਹ ਦੇਖ ਹੀ ਲਿਆ। ਹਾਲਾਂਕਿ ਦੂਜੇ ਦਾ ਇਸ ਮੁੱਦੇ ਦੇ ਉੱਤੇ ਕੀ ਕਸੂਰ ਸੀ ਸਾਨੂੰ ਨਹੀਂ ਪਤਾ, ਪਰ ਉਹਨੂੰ ਵੀ 3 ਮਹੀਨੇ ਵਾਸਤੇ ਕਾਂਗਰਸੀਆਂ ਨੇ ਕਰਤਾ ਬਾਈਕਾਟ। ਹੁਣ ਬਾਈਕਾਟ ਕਾਂਗਰਸੀਆਂ ਨੇ ਕੀਤਾ ਤੇ ਇਹਦਾ ਮਤਲਬ ਉੱਥੇ ਨਾ ਉਹ ਆਪਣੇ ਬੁਲਾਰੇ ਭੇਜਣਗੇ, ਨਾ ਆਪਣਾ ਪੱਖ ਰੱਖਣਗੇ, ਔਰ ਹੁਣ ਚੈਨਲ ਵਾਲੇ ਵੀ ਉਹਨਾਂ ਦਾ ਬਾਈਕਾਟ ਕਰ ਦੇਣ ਤੇ ਇਹ ਗੱਲ ਹੋ ਸਕਦਾ 3 ਮਹੀਨੇ ਤੋਂ 6 ਮਹੀਨੇ ਤੋਂ ਕਈ ਸਾਲ ਵੀ ਵੱਧ ਸਕਦੀ ਹੈ, ਪਰ ਇੱਦਾਂ ਹੁੰਦਾ ਨਹੀਂ ਹੁੰਦਾ। ਮੀਡੀਆ ਦੇ ਨਾਲ ਪਏ ਹੋਏ ਪੰਗੇ ਨੂੰ ਪੋਲੀਟੀਸ਼ੀਅਨ ਵੀ ਔਰ ਮੀਡੀਆ ਵੀ ਛੇਤੀ ਕਿਤੇ ਨਿਪਟਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਇਹ ਪੰਗੇ
कई बार जब ज्यादा लंघ जाण ते फिर वो बरजिंदर सिंह हमदर्द तुसी देखिया ही है कि किथे तक गल वो जा चुकी है। अच्छा वैसे ये मुक क्यों नहीं रही, बरजिंदर सिंह हमदर्द पूरे पंजाब दे विच एक सत्कारत नाम सी, भाजी कह के उन्होंने बुलाउंदे सारे, छोटा होवे वड्डा होवे सारे उन्होंने भाजी कह के बुलाउंदे, ते इन्हां ने उन्होंने भाजी ते की सी पूरा बरजिंदर सिंह हमदर्द भी कहना ठीक नहीं समझ रहे, ते हमदर्द कह के पता नहीं की कह के उन्होंने विशेषणा नाल दे रहे ने। आखिर लड़ाई इन्नी किद्दां वध गई है और ये लड़ाई मुक ही नहीं रही। कल उन्होंने 17 सवालों के जवाब भेजने से भेजते है जी। देखो जिथे तक बरजिंदर सिंह हमदर्द उन्होंने सरकार के नाल लड़ाई है, इस लड़का लड़ाई की अलग अलग वजह क्योंकि नॉर्मल तरीके नाल या एक ऑफिशियल तरीके नाल ते ऐ ते कभी भी नहीं दस्या गया भी लड़ाई हुई क्यों। हुण जब मई 29 नूं नोटिस भेजा सीगा ते बरजिंदर सिंह हमदर्द उन्होंने यह गल कहती सी कि भी मैं हफ्ते 10 दिन बाद पेश होऊंगा, नाल ही हाईकोर्ट च पटीशन पाती सी। जून 1 नूं हाईकोर्ट का ऑर्डर भी आ गया सीगा, कुछ रिलीफ दिता गया सीगा कि 1 हफ्ते का नोटिस अरेस्ट तो पहले दो, और बरजिंदर सिंह हमदर्द उन्होंने भी हिदायत दी सी कि विजिलेंस की इनवैसटीगेशन तुसीं ज्वाइन करो और तुहानू जिहड़े सवाल ने विजिलेंस दे वो लिख के पहले भेजे जाण और बाद च उन्हां दा जवाब दिता जाए। वो सवालों की लिस्ट जून 16 नूं पेश होण वास्ते क्या सी, सवालों के जवाब देने वास्ते क्या सी, उस टाइम अद्धे अधूरे जवाब बरजिंदर सिंह हमदर्द उन्होंने विजिलेंस ब्यूरो नूं दित्ते सीगे। इहदा जिक्र विजिलेंस ब्यूरो ने भी किया और अगली डेट रख दी गई जुलाई 3। जुलाई 3 यानी कल वो दिन सीगा जब बरजिंदर सिंह हमदर्द उन्होंने अद्धे अधूरे जवाब पूरे कर रहे थे और कल एक लिफाफा लैके बरजिंदर सिंह हमदर्द भेजते हैं किसी व्यक्ति को। वो व्यक्ति उत्थे जाके जब लिफाफा देता है, लिफाफा खोल के देखा जाता है तो वह विजिलेंस के सूत्र ही यह गल कहते हैं कि हजे भी जवाब बड़े अधूरे जे सीगे और किसी भी पासे नहीं निकलते। विजिलेंस ने 17 सवाल पूछे थे बरजिंदर सिंह हमदर्द को और खास करके उहदे विचों जिहड़ी इंपोर्टेंट सी डिटेल मंगी सी कि किदा किदा यह फंड आया, जिदा आपां कहीए कि टाइमलाइन जिहड़े फंड एलोकेट किए गए जंगे आजादी उहदी टाइमलाइन दसी जाए, टेंडरिंग प्रोसैस किदा किदा होया और की अडोप्ट किया गया कि नहीं किया गया, उहदी ट्रांसपेरेंसी किन्नी कु सी उहदे जवाब दिते जाण। उस तो अलावा जिहड़े प्रोक्योरमेंट की सी इन्हां ने फर्नीचर की होर इक्विपमेंट की इंफ्रास्ट्रक्चर किदा बनाया उहदी एक डिटेल्ड रिपोर्ट मंगी सीगी, और लेकिन हुण मई 29 नूं यह जवाब नहीं पहुंचया, जून 16 नूं नहीं यह पहुंचया, जुलाई 3 नूं नहीं यह पहुंचया। अगली डेट विजिलेंस ब्यूरो दे विच अज ही, क्योंकि सूत्र यह दसते ने अज ही एक नवा समन नवी चिट्ठी बरजिंदर सिंह हमदर्द उन्हां नूं अगले समन दी, शायद 1 हफ्ते के अंदर अंदर इस समन दे वास्ते कहा जा सकता है कि तुसीं पेश हो विजिलेंस दे सामने। पर बरजिंदर सिंह हमदर्द हजे तक आप फिजिकल तौर पर पेश नहीं हुए, अद्धे अधूरा नाल जवाब दिता जा रहा है और वो जवाब जब तक पूरे नहीं होंगे यह नोटिस रिपीट होंगे रहेंगे। यह इंटेंशन विजिलेंस की भी लगती है और जिस गल तो असी शुरू हुए थी कई बार अखबारों के नाल पोलीटिशियंस के या सरकार के रोले वध जाते हैं तो फिर यह नोटिस की तरीक बार बार दी जाती है और वह नोटिस का जवाब उस चाहे वह अखबार का बहुत वड्डा समूह होए उन्होंने देने ही पैंदे। एक सवाल बहुत जिहड़ा मेरे दिमाग च बार बार नॉक कर रहा वो ये है कि जिस तरह की तलखी पिछले दिनों दे विच कविता रूप च जां वख-वख मौकियां ते भाषण दे रूप दे विच जदों बरजिंदर सिंह हमदर्द दी समर्थन दे विच लोग आए सीगे, फिर उस तो बाद देश भगत यादगार हॉल तो डीसी दफ्तर च मंग पत्र देण दा, सीएम की तलखी वख-वख मौकियां ते किसे ना किसे रूप च इस मामले च निकलदी रही है। तुसीं कह रहे हो कि नोट्स ते नोट्स जांदा रहेगा, मैनूं थोड़ा जिहा शक पैंदा है कि नोट्स तो नोट्स तक तां सफर तय कीता जाऊगा कि कितें बरजिंदर सिंह हमदर्द नूं गिरफ्तार भी कीता जा सकदा। इंद्रप्रीत जी सवाल काफ़ी दिलचस्प आ क्योंकि दो गल्लां ने, जां तां इस समूह नाल मुक मका हो जाए ते जां फिर इहदे नाल पूरी लड़ाई जिहड़ी लीक खिच के वाली आ उह होवे। आ विच विचाले वर्गी स्थिति तुहानूं लग रही है कोई? नहीं, मैनूं नहीं लग रहा कोई विच विचाले वाली स्थिति हैगी है। मैनूं लग रहा है कि लकीर बहुत खिची हुई है, बड़ी शार्प है, इस करके ये जिहड़ा 2-3 वार 4 वार नोटिसां दी गिनती हो सकती है क्योंकि उहदे च कानूनी उह हैगा कि एडवांस नोटिस देना है तो जो हाई कोर्ट वाला उन्होंने राहत मिली हुई है वो मेरे कल देंदे रहेंगे तो फिर उन्होंने जो 3-4 नोटिस दिते तो फिर उन्होंने सैटिस्फैक्टरी जवाब नहीं मिले। अगर मिल भी गया क्योंकि जो लड़ाई यदि है पोलिटिकल है तो फिर मैंने लगता है जो मिल भी गया तो भी विजिलेंस कहेगी हुई एक बार तक कि सानू जवाब नहीं मिले सैटिस्फैक्टरी और अरैसट किया जा सकता। मैनू ये शक है कि इस तरह ज
जिस पद्धर से लड़ाई एक्चुअली आ चुकी है ना, उस पद्धर से किसी भी टाइम उन्होंने अरेस्ट हो सकती। पर इहदे चंद्रप्रीत जी एक थोड़ा जिहा एक पहलू भास्कर साहब भी दस देना कि जदों मन लो कोर्ट ने कहा होवे कि तुसीं किसी भी गिरफ्तारी तो पहला 7 दिन का नोटिस देना जां जिन्ने भी दिन उहदे च दित्ते होण, उस वेले की किसी गिरफ्तारी लई कोर्ट तो ही ऑर्डर लैके आने पैंदे आ कि सानू जिहड़ा इहदे इह गिरफ्तारी लई कोई वारंट दित्ते जाण? आम तौर पर फिल्मां फुल्मां च ते मन्निया जांदा कि किसी नूं गिरफ्तार करन तों पहलां उहदे अरैसट वारंट लियांदे जांदे आ। सो कई वारी तां इह हुंदा कि व्यक्ति आए हुंदे आ जांच लई पहुंचे हुंदे आ और उन्हां दी गिरफ्तारी पाती जांदी आ सहयोग ना करन करके। इस मामले च क्योंकि हाई कोर्ट वल्लों एक इम्यूनिटी आ, एक राहत मिली हुई आ, तां की इहदे लई कोर्ट कोलों ही ऑर्डर लियांदे जाणगे जे किते गिरफ्तार करन दी नौबत आउंदी है तां? जिथे तक गल हैगी है, तुसीं जून 1 दे उस हाई कोर्ट दे ऑर्डर नूं जिन्हों राहत के तौर पर पेश किया गया सीगा कि बजेंद्र सिंह हमदर्द उन्होंने वड्डी राहत मिली है, उस राहत दे विच ऐ ते कहा गया सीगा कि 1 हफ्ते का नोटिस अरैसट तो पहले देना जरूरी है। दूजे पैरे दे विच उस फाइनल ऑर्डर दे विच ऐ भी लिखिया सीगा कि हुण बरजिंदर सिंह हमदर्द नूं विजिलेंस दे नाल इन्वेस्टिगेशन ज्वाइन करनी चाहिए और कोऑपरेट करना चाहिए। जे उस गल दा वल कदी भी किसी नूं किसी कोर्ट तों राहत मिलदी है तो उहदे विच ऐ गल जरूर जोड़ी जाती है कि तुसीं इन्वेस्टिगेशन ज्वाइन करो और तुहानूं अरैसट तों पहले 1 हफ्ते का नोटिस देना पएगा उस इन्वेस्टिगेटिंग एजेंसी नूं, और जे तुसीं कोऑपरेट नहीं करदे हो तो किसी भी तरीके की राहत वो ऑटोमैटिकली नल एंड वॉइड डिक्लेयर हो जाती है। क्योंकि जे तुसी विजिलेंस दे बार बार बुलाने तो बावजूद भी जवाब नहीं दे रहे या अनसैटिस्फैक्टरी जवाब दे रहे हो तो यह एक कारण बनता है उस अरैसट नोटिस का। अगर कोर्ट ने तुहानूं कोई रिलीफ दिता है वो एक कंडीशनल रिलीफ होंदा है, कभी भी कोई भी कोर्ट इस तरह का रिलीफ नहीं देंदी कि भी तुहानूं 1 हफ्ते तुसीं इन्वेस्टिगेशन ज्वाइन करो या ना करो, तुसीं इन्वेस्टिगेशन दे विच इन्वेस्टिगेटिंग एजेंसी दे सवालों का जवाब दो ना दो पर तुहानूं अरैसट नहीं किया जा सकता। यह रिलीफ कभी भी ब्लैंकेट रिलीफ नहीं होंदा और यह रिलीफ भी इस तरीके नाल ही देखा जाना चाहिए। जे अगली डेट दे विच भी बरजिंदर सिंह हमदर्द होना उन्होंने सवालों का जवाब नहीं देंदे और सीधा एक लिफाफा भेज के गुजारा कर लेंगे ने तो आने वाले टाइम बरजिंदर सिंह हमदर्द होना की मुश्किल बढ़ सकती। इंद्रप्रीत जी इंज भी होंगे कि मान लो जवाब तसली वाले भी होने साडा इरादा ही हो कि असी तो भाई इसे लीक से जाना है आही असी लाइन टॉक करनी है तो फिर तो किसी भी लेकिन उदो फिर तुहाडी जस्टिफिकेशन कोर्टां दे विच जाके फिर करनी औखी हो जाऊगी। जेकर सपोज इस तरह की स्थिति बनती है कि वह अपने वालों 100% सवालों के जवाब दे देंगे तो विजिलेंस तसली च ना आके उन्होंने गिरफ्तारी पाती है तो उन्होंने कोर्ट के फिर कोई राहत मिल सकती है कोर्ट ये इंटरवीन कर सकते हैं जो वो मंगण तो? बिल्कुल इदा ना होगा। जब मैं तुम्हें पहले कहा भी जे तो लाइन ही खिंच ली है तो फिर तो इदा का यदि संभावना तो बहुत ही प्रबल है, ये तो हो ही सकती है। तुम अगर पिछले केस देखो चाहे भरत भूषण आशू का हो होर सुंदर शाम अरोड़ा का हो या किसी होर हो सारे के सारे बंद अंदर तक किया ही है, हूँ वह कोर्टा के कितने ठहरन गए ये उत्ते सवाल है। कल भी मैंने एक किसी बड़े पॉलिटिशियन ने यह कहा कि हूँ सरकार ने ट्रेंड ही चेंज कर लिया, हूँ कर लिया भी जिवें जिन्हें भी पॉलिटिशियन के उत्ते केस हो रहे हैं उन्होंने डिसप्रपोर्शनेट एक्ट के हो रहे हैं, पहला जिहड़े होंदे सी करप्शन एक्ट के अधीन होंदे सी, हुण चेंज कर लिया ताकि जदों मर्जी फड़ लो इन्हां नूं वी लियाओ जी तुसीं अपनी सारियां प्रॉपर्टियां दिखाओ जी फलाना करो टिमकाना करो। ये जिहड़ियां चीज़ां ने ये तो बहुत बहुत सारे बंदियां दीयां देखो पुरानियां उन्हां दीयां हो सकदियां उन्हां दीयां पिता पुरखियां होण जमीना जायदादां जां व्यापार होण उह किवें हुण जस्टिफाई होणगे ये बड़े औखे हो जांदे कम, पर इस तरह उन्हां नूं पकड़ना बहुत सौखा हो जांदा जी। मैं तुहाडे कोल ही अगला सवाल लैके आउणा इंद्रप्रीत जी, तुसीं कल एक स्टोरी कर रहे सीगे कि गवर्नर वालों कई बिलों ते दस्तखत ना करन करके मामले अद विचाले फसे रह जांदे, हालांकि गवर्नर साहब कोल हुण लंबित पए मामले जिहड़े पेंडिंग चल रहे उन्हां दे विच तां 4 मौजूदा बिल ही है जिहदे ते उन्हां कानूनी राय लैण दा पहलां ही कहा होया ते कानूनी राय लैण लई समां तां लग जांदा, पर एक पुराना बिल जिहड़ा विजिलेंस कमिशन बणिया सी पंजाब दा, वैसे लोकपाल का जिक्र होंदा है पर विजिलेंस कमिशन भी आपां नहीं रख्या, आपां उन्हों भी स्कटल करता उन्हों खत्म करता कैप्टन अमरिंदर वेले और हुण फिर इस गवर्नमेंट ने भी उन्हों खत्म किया सी, लेकिन वो विजिलेंस दफ्तर तुहाडे अनुसार अजे भी रनिंग आ काम कर रहा वर्किंग आ, गल तोरो जरा गवर्नर साहब नप के क्यों बह गए, इहदे च उन्हां दा इंट्रस्ट की हो सकता भी इस फाइल नूं जिहड़ा कढ़िया ही? रिंदर साहब एक तो थोड़ी जी करैक्शन है जिहड़ा तुसीं कहा कैप्टन अमरिंदर सिंह ने सी भंग किया अकालिया ने आके भंग किया, कैप्टन ने दोनों वर्क जिहड़ा बनाया विजिलेंस कमीशन वो कैप्टन अमरिंदर सिंह ने ही बनाया, पहला उन्होंने अपनी 2002 वाली सरकार जांदे जे वो 2006 च बनाया सी
ਜਸਟਿਸ ਅਮਰਦੱਤ ਨੂੰ ਉਹਨੇ ਤੇ ਲਗਾਇਆ ਸੀਗਾ ਉਹਨਾਂ ਵਿੱਚ ਜਿਹੜਾ ਵਿਜੀਲੈਂਸ ਕਮਿਸ਼ਨਰ ਹੁਣ ਜਿਹੜਾ ਇਹ ਔਰ ਅਕਾਲੀਆਂ ਨੇ ਆਉਂਦੇ ਸਾਰ ਸਭ ਤੋਂ ਪਹਿਲਾਂ ਕੰਮ ਹੀ ਇਹ ਕੀਤਾ ਇਹਨੂੰ ਰੀਪੀਲ ਕਰੋ ਇਹ ਵਾਲਾ ਬਿੱਲ ਤੇ ਇਹਨੂੰ ਭੰਗ ਕਰੋ ਇਹਦਾ ਕੋਈ ਕੰਮ ਨਹੀਂ ਹੈਗਾ। ਫਿਰ ਇਸ ਗਵਰਨਮੈਂਟ ਵਿੱਚ ਵੀ ਜਾਂਦੇ ਸਾਰ ਜਾਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਇਹ ਬਣਾ ਗਏ ਪਰ ਇਹਨਾਂ ਨੇ ਆਉਂਦੇ ਹੀ ਉਹਨੂੰ ਭੰਗ ਕਰਤਾ ਔਰ ਇਹ ਕਿਹਾ ਕਿ ਅਸੀਂ ਕੋਈ ਸਖ਼ਤ ਜਿਹਾ ਸਖ਼ਤ ਜਿਹੀ ਚੀਜ਼ ਬਣਾਵਾਂਗੇ ਜਿਵੇਂ ਲੋਕਪਾਲ ਹੈ ਜਾਂ ਇਸ ਤਰ੍ਹਾਂ ਦਾ ਕੋਈ ਸਖ਼ਤ ਜਿਹਾ ਉਹ ਬਣਾਵਾਂਗੇ। ਲੇਕਿਨ ਹੁਣ ਜਦ ਤੱਕ ਹੁਣ ਦੇਖੋ ਇਸ ਤੇ 9 ਮਹੀਨੇ ਆਲਮੋਸਟ ਹੋ ਚੁੱਕਿਆ ਹੈ 10 ਅਕਤੂਬਰ 2022 ਦਾ ਇਹ ਗਿਆ ਹੋਇਆ 30 ਸਤੰਬਰ ਨੂੰ ਇਹ ਪਾਸ ਕੀਤਾ ਸੀ ਵਿਧਾਨ ਸਭਾ ਨੇ ਹੁਣ ਦੇਖੋ ਆਲਮੋਸਟ 9 ਮਹੀਨੇ ਹੋ ਚੁੱਕੇ ਹੈ ਤੇ ਹਜੇ ਤੱਕ ਜਿਹੜਾ ਹੈਗਾ ਉਹ ਗਵਰਨਰ ਸਾਹਿਬ ਨੇ ਸਾਈਨ ਕਰਕੇ ਨਹੀਂ ਭੇਜੇ ਜਿਸ ਕਰਕੇ ਵਿਜੀਲੈਂਸ ਉਸੇ ਤਰ੍ਹਾਂ ਹੀ ਕੰਮ ਕਰ ਰਿਹਾ ਹੈ ਜਿਸ ਤਰ੍ਹਾਂ ਉਹ ਪਹਿਲਾਂ ਕਰ ਰਿਹਾ ਸੀਗਾ। ਹੁਣ ਇਹਦੇ 'ਚ ਸਵਾਲ ਇਹੀ ਹੈ ਕਿ ਦੇਖੋ ਕਿਉਂ ਦੱਬਿਆ ਹੋਇਆ ਕੀ ਉਹਦੇ 'ਚ ਕੋਈ ਕਾਨੂੰਨੀ ਨੁਕਤਾ ਹੈ ਇਸ ਕਰਕੇ ਦੱਬਿਆ ਹੋਇਆ ਜਾਂ ਕੋਈ ਪੋਲੀਟੀਕਲ ਕੰਪਲਸ਼ਨ ਹੈ ਕਿਉਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਵੀ ਜਿਹੜੇ ਹੈਗੇ ਉਹ ਬੀਜੇਪੀ 'ਚ ਸ਼ਾਮਿਲ ਹੋ ਗਿਆ ਤੇ ਬੀਜੇਪੀ ਦੀ ਸੈਂਟਰ 'ਚ ਸਰਕਾਰ ਹੈ ਗਵਰਨਰ ਸਾਹਿਬ ਉਹਨਾਂ ਦੇ ਅਧੀਨ ਹੈ ਤਾਂ ਕੀ ਉਹਨਾਂ ਨੇ ਕਿਹਾ ਹੋਇਆ ਵੀ ਤੁਸੀਂ ਦੱਬੀ ਰੱਖੋ। ਇਸ ਤਰ੍ਹਾਂ ਦੇ ਬਹੁਤ ਸਾਰੇ ਸਵਾਲ ਨੇ ਜਿਹੜੇ ਇਸ 'ਚ ਉੱਠਣਗੇ ਜਦੋਂ 9 ਮਹੀਨੇ ਹੋ ਚੁੱਕੇ ਤੁਸੀਂ ਉਸ 'ਤੇ ਸਾਈਨ ਕਰਕੇ ਉਹਨੂੰ ਵਾਪਿਸ ਨਹੀਂ ਭੇਜ ਰਹੇ ਜਾਂ ਤਾਂ ਗਵਰਨਰ ਸਾਹਿਬ ਇਸ ਗੱਲ 'ਤੇ ਇਤਰਾਜ਼ ਕਰਨ ਵੀ ਜਿਹੜੀਆਂ ਆਹ ਮਦਾਂ ਨੇ ਇਹ ਕਾਨੂੰਨੀ ਰੂਪ 'ਚ ਠੀਕ ਨਹੀਂ ਹੈ ਮੈਂ ਇਹਨਾਂ ਨੂੰ ਰੱਦ ਕਰਦਾ ਦੁਬਾਰਾ ਨਵੇਂ ਸਿਰੇ ਤੋਂ ਪਾਸ ਕਰੋ। ਸੋ ਇਹ ਵੀ ਨਹੀਂ ਹੋ ਰਿਹਾ ਤੇ ਕੋਈ ਕੁਐਰੀ ਵੀ ਨਹੀਂ ਮੰਗੀ ਜਾ ਰਹੀ ਤੇ ਇਸ ਦੱਬ ਕੇ ਬੈਠੇ ਹੈ ਤਾਂ ਮਤਲਬ ਇਹ ਮੈਨੂੰ ਲੱਗ ਰਿਹਾ ਵੀ ਇਹਦਾ ਇਹਦੇ ਪਿੱਛੇ ਕਾਰਨ ਕੋਈ ਪੋਲੀਟੀਕਲ ਹੀ ਲੱਗਦਾ ਕੋਈ ਵੈਸੇ ਕੋਈ ਹੋਰ ਕਾਰਨ ਮੈਨੂੰ ਦਿਖਾਈ ਦੇ ਨਹੀਂ ਰਿਹਾ। ਕੈਪਟਨ ਅਮਰਿੰਦਰ ਸਿੰਘ ਨੂੰ ਵਿੱਚੋਂ ਕੀ ਕੱਢਣਾ ਪਾਉਣਾ ਉਹ ਤਾਂ ਜਾ ਚੁੱਕੇ ਆ ਜਾਂ ਤਾਂ ਉਹਨਾਂ ਨੇ ਜਿਹੜੇ ਜਸਟਿਸ ਹੈ ਇਸ ਵੇਲੇ ਬੈਠੇ ਹੋਏ ਨੇ ਜੇ ਮੈਂ ਗਲਤ ਨਹੀਂ ਤਾਂ ਜਸਟਿਸ ਮਹਿਤਾਬ ਸਿੰਘ ਗਿੱਲ ਰਿਟਾਇਰਡ ਉਹਨੇ ਉੱਥੇ ਬੈਠੇ ਹੋਏ ਜਾਂ ਤਾਂ ਉਹਨਾਂ ਨੂੰ ਫੇਵਰ ਕਰਨ ਲਈ ਗਵਰਨਰ ਸਾਹਿਬ ਨੂੰ ਕਿਹਾ ਵੀ ਕੋਈ ਨਹੀਂ ਰਹਿਣ 2 ਸਾਲ ਅਜੇ ਪਰ ਮੈਨੂੰ ਨਹੀਂ ਲੱਗਦਾ ਕਿ ਕੈਪਟਨ ਸਾਹਿਬ ਦਾ ਕੋਈ ਇਹਦੇ 'ਚ ਆਪਣਾ ਇੰਟਰਸਟ ਹੋਊਗਾ ਕਿ ਉਹ ਬਣਿਆ ਰਹੇ ਕਮਿਸ਼ਨ। ਖੈਰ ਇਹ ਤਾਂ ਇਹ ਸਰਕਾਰ ਦੇਖੇ ਕਿ ਇਹਦੇ ਵਿੱਚ ਉਹਨਾਂ ਨੇ ਦੁਬਾਰਾ ਜਿਹੜੀ ਚਿੱਠੀ ਪੱਤਰ ਕਿਉਂ ਨਹੀਂ ਕੀਤੀ ਗਵਰਨਰ ਸਾਹਿਬ ਨਾਲ ਕਿਉਂ ਇਹ ਸਰਕਾਰ ਵੀ ਚੁੱਪ ਕਰਕੇ ਗਾਂਹ ਤੁਰੀ ਜਾ ਰਹੀ ਹੈ ਕੀ ਸਵਾਲ ਇਹ ਵੀ ਹੈ ਕਿ ਉਹ ਕੰਮ ਵੀ ਕਰ ਰਿਹਾ ਕਮਿਸ਼ਨ 'ਚ ਕੋਈ ਨਵੇਂ ਮਾਮਲੇ ਵੀ ਆ ਰਹੇ ਜਾਂ ਪੁਰਾਣੀਆਂ ਜਾਂਚਾਂ ਵੀ ਅੱਗੇ ਵਧਾ ਰਹੇ ਮੈਨੂੰ ਨਹੀਂ ਲੱਗਦਾ ਕਿ ਕੁਛ ਹੋ ਰਿਹਾ ਹੋਊਗਾ। ਮੈਂ ਸੁਨੀਲ ਜਾਖੜ ਦਾ ਜ਼ਿਕਰ ਕਰਨਾ ਚਾਹੂੰਗਾ ਭਾਸਕਰ ਸਾਹਿਬ ਬਣਦੇ ਬਣਦੇ ਰੁੱਕ ਕਿਉਂ ਗਏ ਇਹ ਤਾਂ ਰੌਲਾ ਸੀ ਕਿ ਕੱਲ ਹੀ ਤਾਜਪੋਸ਼ੀ ਨਹੀਂ ਤਾਜਪੋਸ਼ੀ ਤਾਂ ਸ਼ਬਦ ਗਲਤ ਹੈ ਮਤਲਬ ਅਨਾਉਂਸਮੈਂਟ ਹੋ ਸਕਦੀ ਔਰ ਰਸਮੋਂ ਰਿਵਾਜ ਪੂਰੇ ਹੋ ਚੁੱਕੇ ਆ ਸਾਰੀਆਂ ਰਸਮਾਂ ਪੂਰੀਆਂ ਕਰ ਲਈਆਂ ਗਈਆਂ ਤੇ ਪਹਿਲੇ ਪ੍ਰਧਾਨ ਨੂੰ ਵੀ ਕਹਿ ਦਿੱਤਾ ਗਿਆ ਇਹ ਛਣ ਛਣ ਕੇ ਖਬਰ ਆਉਂਦੀ ਰਹੀ ਫਿਰ ਇੱਕ ਖਬਰੇ ਵੀ ਆ ਗਈ ਉਹ ਅਸਤੀਫਾ ਦੇ ਗਿਆ ਉਹਨਾਂ ਸਮਾਨ ਚੱਕ ਲਿਆ ਫਿਰ ਉਹ ਟਵੀਟ ਕਰਦੇ ਆ ਕਿ ਸਾਡੇ ਪਰੰਪਰਾ ਹੀ ਕੋਈ ਨਹੀਂ ਅਸਤੀਫਾ ਦੇਣ ਦੀ। ਵੈਸੇ ਵੀ ਜਦੋਂ ਨਵਾਂ ਪ੍ਰਧਾਨ ਲੱਗਦਾ ਪੁਰਾਣਾ ਕੁਦਰਤੀ ਤੌਰ ਤੇ ਖਤਮ ਹੋ ਜਾਂਦਾ ਜੀ ਔਰ ਇਹ ਵੀ ਮੰਨਿਆ ਜਾ ਰਿਹਾ ਕਿ ਉਹਨਾਂ ਦੀ ਟਰਮ ਜਿਹੜੀ ਪ੍ਰਧਾਨ ਵਜੋਂ ਸੀ ਉਹ ਲਗਭਗ ਮੁੱਕੀ ਹੋਈ ਆ ਆਲਰੇਡੀ। ਸੋ ਸਾਰੇ ਮਾਮਲਿਆਂ ਦੇ ਵਿੱਚ ਇੰਨੀ ਇੰਤਜ਼ਾਰ ਕਿਉਂ ਕਰਵਾਈ ਜਾ ਰਹੀ ਆ ਸੁਨੀਲ ਜਾਖੜ ਨੂੰ? ਵੈਸੇ ਭਾਜਪਾਈਆਂ ਦਾ ਇੱਕ ਖੇਮਾ ਤਾਂ ਕੱਛਾਂ ਵਜਾ ਰਿਹਾ ਸੀ ਭੰਗੜੇ ਪਾ ਰਿਹਾ ਸੀ ਵੀ ਅਸੀਂ ਹੁਣ ਕਾਂਗਰਸੀਆਂ ਦੇ ਹਾਣ ਦੇ ਹੋ ਜਾਵਾਂਗੇ ਪੰਜਾਬ ਦੇ ਵਿੱਚ ਅਸੀਂ ਕਾਂਗਰਸ ਨੂੰ ਰਿਪਲੇਸ ਕਰ ਦੇਣਾ ਉਹਨਾਂ ਦੀ ਜਗ੍ਹਾ ਲੈ ਜਾਣੀ ਆ ਪਰ ਫੈਸਲੇ ਹੋ ਨਹੀਂ ਰਹੇ ਕਦੋਂ ਤੱਕ ਹੋਣ ਦੀ ਉਮੀਦ ਹੈ ਕਿਉਂ ਨਹੀਂ ਹੋ ਰਹੇ? ਇਹ 2-3 ਦਿਨਾਂ ਦੇ ਵਿੱਚ ਇਹ ਉਮੀਦ ਹੈਗਾ ਕਿ ਭਾਜਪਾ ਬੜੇ ਵੱਡੇ ਫੈਸਲੇ ਲਏ ਇਹਦੇ ਵਿੱਚ ਕੇਂਦਰੀ ਮੰਤਰੀ ਮੰਡਲ ਦੇ ਵਿੱਚ ਰੀਸ਼ਫਲ ਵੀ ਇੰਕਲੂਡ ਹੈ 4 ਤੋਂ ਯਾਨੀ ਅੱਜ ਤੋਂ 6 ਤਰੀਕ ਤੱਕ ਰਾਸ਼ਟਰਪਤੀ ਵਿਦਰਭ ਦੇ ਦੌਰੇ ਦੇ ਗਏ ਹੋਏ ਨੇ ਉਹਨਾਂ ਤੇ ਆਉਣ ਤੋਂ ਬਾਅਦ ਕੈਬਿਨੇਟ ਐਕਸਪੈਂਸ਼ਨ ਜੁਲਾਈ 13 ਤੋਂ ਪਹਿਲੇ ਹੋਣਾ ਹੈ ਕਿਉਂਕਿ ਜੁਲਾਈ 13 ਨੂੰ ਪੈਰਿਸ ਦੇ ਦੌਰੇ ਦੇ ਉੱਤੇ ਪ੍ਰਧਾਨ ਮੰਤਰੀ ਜਾ ਰਹੇ ਨੇ। ਇਹ ਸਿਰਫ ਪੰਜਾਬ ਦੀ ਗੱਲ ਨਹੀਂ ਹੈ 6 ਸੂਬਿਆਂ ਦੇ ਵਿੱਚ ਭਾਜਪਾ ਆਪਣੇ ਸੂਬੇ ਦੇ ਪ੍ਰਧਾਨ ਯਾਨੀ ਬੀਜੇਪੀ ਦੇ ਪ੍ਰਧਾਨ ਚੇਂਜ ਕਰਨ ਜਾ ਸਕਦੀ ਹੈ ਔਰ ਇਹਦਾ ਜ਼ਿਕਰ ਕੱਲ੍ਹ ਪਰਸੋਂ ਹੋਣ ਦੀ ਸੰਭਾਵਨਾ ਪੱਕੀ ਹੈ ਔਰ ਇਹ ਮੈਂ ਜਦ ਕਹਿੰਦਾ ਪੱਕੀ ਹੈ ਤਾਂ ਬੀਜੇਪੀ ਦੇ ਕਾਫੀ ਸਾਰੇ ਲੀਡਰਾਂ ਨਾਲ ਗੱਲਬਾਤ ਕਰਕੇ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਸੁਨੀਲ ਜਾਖੜ ਉਹਨਾਂ ਦਾ ਪ੍ਰਧਾਨ ਬਣਨਾ ਪੰਜਾਬ ਦੇ ਵਿੱਚ ਲਗਭਗ ਤੈਅ ਵੇ। ਔਰ ਜਿਹੜੇ ਅਸ਼ਵਨੀ ਸ਼ਰਮਾ ਉਹਨਾਂ ਕੱਲ੍ਹ ਆਪਣੀ ਗੱਡੀ 'ਤੇ ਜਾ ਰਹੇ ਸੀਗੇ ਤੇ ਗੁੱਸਾ 'ਤੇ ਚੜ੍ਹਦਾ ਹੈ ਜਦ ਪੱਤਰਕਾਰ ਸਵਾਲ ਪੁੱਛਦੇ ਨੇ ਵੀ ਹੋ ਗਿਆ ਤੁਹਾਡਾ ਕੰਮ ਤੇ ਅਗਲੇ ਕਹਿੰਦੇ ਵੀ ਸਾਡੇ ਇੱਥੇ ਕੋਈ ਰਿਜ਼ਾਈਨ ਦੇਣ ਦਾ ਕੋਈ ਕੰਮ ਨਹੀਂ ਹੈਗਾ ਕੁਛ ਆਪਣੇ ਆਪ ਹੀ ਮਤਲਬ ਕੱਢੋ। ਔਰ ਉਹਨਾਂ ਦਾ ਵੀ ਟਵੀਟ ਆਇਆ ਤੇ ਸੀਗਾ ਇਸ ਕਰਕੇ ਕਿ ਸਾਡੇ ਇੱਥੇ ਰਿਜ਼ਾਈਨ ਦੇਣ ਦੀ ਪ੍ਰਥਾ ਹੀ ਨਹੀਂ ਹੈ ਉਹ ਠੀਕ ਕਹਿੰਦੇ ਨੇ ਉਹਨਾਂ ਨੂੰ ਉੱਤੋਂ ਇਸ਼ਾਰਾ ਹੋਇਆ ਪਰ ਪੱਤਰਕਾਰ ਛੱਡਦੇ ਨਹੀਂ ਨਾ ਉਹ ਨਾਲ ਹੀ ਪੁੱਛਦੇ ਨੇ ਵੀ ਤੁਹਾਡੀ ਛੁੱਟੀ ਹੋ ਗਈ ਹੁਣ ਬੰਦਾ ਕਿੱਦਾਂ ਕਹੇ ਕਿ ਮੇਰੀ ਛੁੱਟੀ ਹੋ ਗਈ ਉਹਨਾਂ ਨੇ ਇਹੀ ਕਿਹਾ ਵੀ ਛੁੱਟੀ ਛਾਟੀ ਕੋਈ ਨਹੀਂ ਹੈਗੀ ਵੀ ਜੋ ਹੁਣ ਅੱਗੇ ਕੋਈ ਪ੍ਰਧਾਨ ਬਣਨਗੇ ਨਹੀਂ ਬਣਨਗੇ ਹਾਈਕਮਾਨ ਸਾਡਾ ਫੈਸਲਾ ਲੈਂਦਾ। ਔਰ ਵਾਕਈ ਵਾਕਈ ਬੀਜੇਪੀ ਦੇ ਵਿੱਚ ਇੱਦਾਂ ਦਾ ਕਦੀ ਵੀ ਇਹ ਕੋਈ ਐਗਜ਼ਾਮਪਲ ਨਹੀਂ ਹੈਗਾ ਜਿਹਦੇ ਵਿੱਚ ਕਿਸੇ ਨੂੰ ਰਿਜ਼ਾਈਨ ਦੇ ਕੇ ਕੋਈ ਪ੍ਰੋਟੈਸਟ ਕਰੇ ਜਾਂ ਆਪਣੇ ਜਗ੍ਹਾ ਕਿਸੇ ਹੋਰ ਨੂੰ ਪ੍ਰਧਾਨ ਲਾਇਆ ਜਾਂਦਾ ਹੈ ਉਹਦਾ ਪ੍ਰੋਟੈਸਟ ਘੱਟ ਤੋਂ ਘੱਟ ਮੀਡੀਆ ਦੇ ਸਾਹਮਣੇ ਕੀਤਾ ਜਾਏ ਅੰਦਰ ਖਾਤੇ ਗੱਲਾਂ ਚੱਲ ਰਹੀ ਹੈ। ਹੁਣ ਜਾਖੜ ਉਹਨਾਂ ਦੀ 2-3 ਦਿਨ ਵਾਸਤੇ ਇਹ
अपॉइंटमेंट रुक गई है। और नड्डा साहब जब पिछले दिनों से हुशियारपुर आए थे उस टाइम भी जाखड़ साहब का जिक्र होया सी, पिछों लै के ना वो हाथ फड़ के जाखड़ साहब का अगे लैके आए थे और जाखड़ साहब के नाल हाथ फड़ के उन्होंने उत्ते किया सी, और रैली के विच आए लोगों नू एक इंडीकेशन देता सी भी आने वाले प्रधान आए ने। हुण देखो फॉर्मल अनाउंसमेंट कदों तक हुंदी है, पर जिस तरीके नाल साडे सूत्र कह रहे ने 2 दिनों के विच अनाउंसमेंट हो सकती है और कभी भी हो सकती है। कदे भी हो सकती है, क्योंकि ये खबर भी निकलती रही कि जो अमित शाह गुरदासपुर च आए, हालांकि उतों के MP तो अपने मुंडे के विआह च व्यस्त सीगे, शायद टाइम भी उही रखा गया सी तां कि ये ना कहना पवे कि साडे MP जिहड़े ने वो नहीं आए, जां वो जे आउण ते लोग उन्हां दे खिलाफ हूटिंग करन जां उहदे उत्ते खबरां बनन। सो वो टाइम चुनिया गया सी अमित शाह का कि जदों सनी देओल रुझे हुए आ ते ये संकेत देने लई भी कि अगले कैंडीडेट वो नहीं होणगे। सो अमित शाह आप आए सी, खुद चल के आए सी, क्योंकि उन्हां नूं ये सीट सुरक्षित लगती है बड़े सालों तो। गुरदासपुर की सीट नूं वो सुरक्षित मानते हैं, हुशियारपुर की सीट जीती जा सकती है इत्थे, इस करके थोड़े जे छोटे कद दे नड्डा साहब नूं भेजता। पर जदों वो गुरदासपुर च सीगे वो पूरे तसली च नहीं से, उन्हां दी सैटिस्फैक्शन नहीं हुई गैदरिंग नूं लैके, लोगों के इकट्ठ नूं लैके, क्योंकि अश्विनी शर्मा बिल्कुल उसे खिते चो आउंदे ने, पठानकोट तो आउंदे ने, गुरदासपुर का यही बैल्ट जिहड़ी आ ये BJP नूं बहुत वोट करती है। सो उन्हां नूं लग्या कि हुण इन्हां दी कुर्सी बदलन दा वेला आ गया, इस तरह दियां कयास रहीआं ने। और कुर्सी बदल के जे किसी नूं दित्ती जा सकती है ते वो गुरदासपुर के सबका MP नूं, सुनील जाखड़ नूं। वेखो परिस्थितियां किस तरीके नाल मूव हुंदियां ने। मैं इंद्रप्रीत जी एक खबर तुहाडे कोल लैणी आ, वैसे सांझी भी लै सकते हो, गुरजीत औजला जसबीर डिंपा दा रौला पै गया कि आम आदमी पार्टी ज्वाइन कर सकते हैं, हो सकता है इन्हों इन्हों के हल्कों तो दोबारा 24 लिए तैयार करता जाए, जो अनाउंस करता जाए, इन्हों की टिकट फाइनल करती जाए और ये आम आदमी पार्टी च आ जाए, क्योंकि आम आदमी पार्टी को चेहरे तो चाहिए होंगे। पर उन्होंने यदा खंडन किया और यह कहा कि असं पक्के वफादार हाँ कांग्रेस से, असं कित नहीं जा रहे। इस खबर के कढ़न पाने लिए कख नहीं गा, पर तुम इन जरूर लै लो। नहीं तुम क्या कढ़न पाउण कुछ नहीं, लेकिन अज चर्चा तो बहुत हो रही है, कल की चर्चा बहुत हो रही है खबर के उत्ते। और तुम गल ठीक की है कि देखो जो हूँ जलंधर बाई इलैक्शन होया उदों भी आम आदमी पार्टी कोई स्ट्रोंग कैंडीडेट नहीं सी, इस करके उन्होंने जोड़ा है एक विधायक सबका विधायक जोड़ा है कांग्रेस का चुनिया तो उन्होंने लोग सभा लड़वाया। लोग सभा के हम 13 लभने पैने, 13 भी वह लभने पैने जिन्हों का कद काठ हो। आम आदमी पार्टी ने लगभग अपने सारे कद काठ वाले सैट कर दिते हैं, या तो कुछ जो विधायक ने उन्होंने उतारना पैना है, या फिर तुम देखो दूसरिया पार्टियां तो लिया के ही लड़ना पैना है। तो मैं लगता भी कितने ना कि थोड़ा जा अग लगी होनी है थोड़ी जी कि धुआं उठा, अदरवाइज यह दो दो MP का नाम छापना किसी लिए कोई सौखा नहीं होंगे। कोई एक कितने कितने गल निकली है या कितने चर्चा हुई है किसी लैवल से ता ही ये बाहर आई है। और क्योंकि देखो 24 आने वाला है, एक कल्ला कांग्रेस च नहीं होगा, कांग्रेस च आने वाले भी बहुत होंगे जाने वाले भी, सारिया ही पोलीटिकल पार्टियां, क्योंकि हम ऑप्शन बहुत हो गई। पहला ऑप्शन बड़िया थोड़िया सी, अकाली भाजपा गठजोड़ ते कांग्रेस, यानी कि ऑप्शन सिर्फ दो ही सी भी, या तो अकाली भाजपा गठजोड़ च मिल जाए कोई सीट या कांग्रेस। हूँ तो भाजपा अलग तो लड़ रही है, अकाली दल अलग तो लड़ेगा, बसपा ना लड़ेगा, फिर आम आदमी पार्टी बिल्कुल नवी नवे तौर पर आ गई है, और कांग्रेस तो हूँ तो यानी ऑप्शन ज्यादा हो गई, बंदे मैं लगता घट गए हैं, तो इस करके जो इधरों उधरों ही आएंगे बंदे तो उस दी जी इस लेके स्टोरी है। ठीक है उन्होंने बहुत शिद्दत नाल मैं लगता कि मना करता है कि असी नहीं जावांगे, पर कितने ना कितने धुआं है, अग है जिते दूजा धुआं है। भास्कर साहब कौन मानता होंगे भी मैं चलिया, ये तो जो गल फाइनल होंगी उदो ही होंगी है। वैसे भास्कर साहब तुम अपना व्यू पॉइंट दो, मैं एक गल कहनी है इंद्रप्रीत जी, एवें फिक्र करते ने, फिक्र करन दी की लोड़ है, अमृतसर च मैं बैठा है, बठिंडे हो तुसी लड़ सकते हो, तो आप भास्कर साहब नूं जलंधर बिजी हो गया, अंगेज हो गया, आप इन्हां नूं हुशियारपुर भेज देंगे। आम आदमी पार्टी तो एवें फिक्र करी जाती है, सत्ताधारियों की इलैक्शन च उहदे MLA जां जिहड़े उहनां दे हलका इंचार्ज जो लड़ दिंदे आ, हिंग लगे ना फट करी, आप मुहत दे विच MP बन जाना, तो असीं जाके उत्थे जिहड़े दिल्ली च बंगले मिलदे आ उहनां च प्रोग्राम कर लिया करांगे। असीं तां उही करना, घाइयां ते घा ही खोतना, इत्थे नहीं खोतना दिल्ली खोत लांगे। सो बहुता फिक्र ना लाउण, हुण भास्कर साहब गल तुसीं तोरो। देखो जिथे तक डिंपा साहब की अपने औजला साहब की गल हैगी है, कल बड़ी प्रोमीनेंटली सोशल मीडिया के उत्ते गल्लां तुरदी रही हैं,
ਗੱਲ ਤੁਹਾਡੀ ਠੀਕ ਹੈ। ਕੌਣ ਕਹਿੰਦਾ ਕਿ ਮੈਂ ਜਾ ਰਿਹਾ, ਜਾਣ ਤੋਂ ਬਾਅਦ ਹੀ ਪਤਾ ਲੱਗਾ। ਸੁਸ਼ੀਲ ਰਿੰਕੂ ਹੋਣਾ ਜਦ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਣੋ, ਉਸ ਤੋਂ ਪਹਿਲੇ ਕੁਛ ਦਿਨ ਪਹਿਲੇ ਹੀ ਉਹ ਕਾਂਗਰਸ ਦੇ ਦਫ਼ਤਰ ਦੇ ਵਿੱਚ ਬੈਠੇ ਸੀਗੇ ਔਰ ਕਹਿੰਦੇ ਸੀਗੇ ਵੀ ਮਤਲਬ ਹੀ ਨਹੀਂ ਮੈਂ ਜੁਆਇਨ ਕਰ ਲਾ। ਉਹ ਤੇ ਦੀਵਾਰ ਦੀ ਤਰ੍ਹਾਂ ਇਸ਼ਾਰਾ ਕਰਦੇ ਸੀ ਔਰ ਪ੍ਰਧਾਨ ਨੂੰ ਆਪਣੇ ਕਹਿ ਰਹੇ ਸੀ ਇਸ ਦੀਵਾਰ ਦੇ ਉੱਤੇ ਉਹਨਾਂ ਗੱਦਾਰਾਂ ਦੀ ਫੋਟੋ ਲਾਓ ਜਿਹੜੇ ਕਾਂਗਰਸ ਛੱਡ ਕੇ ਦੂਜੀ ਪਾਰਟੀਆਂ ਜੁਆਇਨ ਕਰ ਲੈਂਦੇ ਨੇ। ਉਹ ਰਾਤੋਂ ਰਾਤ ਡਿਸੀਜਨ ਲਿੱਤਾ, ਚੇਂਜ ਕਰ ਗਏ, ਜਿੱਤ ਗਏ ਅੱਜ ਐਮ ਪੀ ਨੇ, ਤੇ ਅੱਜ ਸਵੇਰੇ ਸਵੇਰੇ 6-6 ਵਜੇ ਉਹ ਫੇਸਬੁੱਕ ਦੇ ਵਿੱਚ ਪੋਸਟ ਪਾਉਂਦੇ ਨੇ ਕਿ ਦੇਖੋ ਹੁਣ ਇਹ ਸਰਕਾਰ ਦੇ ਜਾਂ ਮੇਰੇ ਐਮ ਪੀ ਬਣਨ ਤੋਂ ਬਾਅਦ ਨਹਿਰਾਂ 'ਚ ਪਾਣੀ ਆ ਗਿਆ, ਬੱਲੇ ਬੱਲੇ ਹੋ ਗਈ। ਤੇ ਇਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਖਬਰ ਛਪੀ ਸੀ ਕਿ ਕਾਂਗਰਸ ਕਿਹਨੂੰ ਕਿਹਨੂੰ ਇਲੈਕਸ਼ਨ ਲੜਾ ਸਕਦੀ ਹੈ ਔਰ ਉਸ ਲਿਸਟ ਦੇ ਵਿੱਚ ਅੰਮ੍ਰਿਤਸਰ ਔਰ ਖਡੂਰ ਸਾਹਿਬ, ਖਡੂਰ ਸਾਹਿਬ ਤੋਂ ਰਾਣਾ ਗੁਰਜੀਤ ਉਹਨਾਂ ਦਾ ਨਾਂ ਚੱਲਦਾ ਸੀਗਾ ਔਰ ਅੰਮ੍ਰਿਤਸਰ ਤੋਂ ਓ ਪੀ ਸੋਨੀ ਉਹਨਾਂ ਦਾ ਨਾਂ ਚੱਲਦਾ ਸੀਗਾ। ਜਦ ਇਹ ਦੋ ਨਾਂ ਦੇਖਣ ਤੋਂ ਬਾਅਦ ਇਹ ਸਵਾਲ ਤਦ ਵੀ ਪੈਦਾ ਹੋਇਆ ਸੀ ਵੀ ਔਜਲਾ ਸਾਹਿਬ ਦਾ ਨਾਂ ਅੰਮ੍ਰਿਤਸਰ ਤੋਂ ਕਿਉਂ ਨਹੀਂ ਤੇ ਡਿੰਪੇ ਉਹਨਾਂ ਦਾ ਨਾਂ ਫਿਰ ਖਡੂਰ ਸਾਹਿਬ ਤੋਂ ਕਿਉਂ ਨਹੀਂ, ਜਦਕਿ ਉਹ ਸਿਟਿੰਗ ਐਮ ਪੀ ਹੈ। ਨਹੀਂ ਪਰ ਵੇਖਣ ਵਾਲੀ ਗੱਲ ਤੇ ਨਾ ਵੀ ਪਹਿਲਾਂ ਆਮ ਆਦਮੀ ਪਾਰਟੀ ਉਹਨਾਂ ਬੰਦਿਆਂ ਨੂੰ ਚੱਜ ਦੀ ਪ੍ਰਪੋਜ਼ਲ ਤਾਂ ਦਵੇ ਤਾਂ ਕਿ ਘੱਟੋ ਘੱਟ ਉਹ ਨਾ ਨਾ ਕਰਦੇ। ਮੈਨੂੰ ਲੱਗਦਾ ਵੀ ਅਜੇ ਤੇ ਇਹ ਮੇਰੇ ਤੁਹਾਡੇ ਵਰਗੇ ਬ੍ਰੇਨ ਦੀ ਕਿਸੇ ਕਾਰਡ ਹੈ ਵੀ ਇੰਜ ਹੋ ਸਕਦਾ, ਕਿਉਂਕਿ ਇਹਨਾਂ ਵਿਅਕਤੀਆਂ ਦੀ ਸੀਟ ਨੂੰ ਖਤਰਾ ਹੋ ਸਕਦਾ ਕਾਂਗਰਸ 'ਚ ਟਿਕਟ। ਹਾਲਾਂਕਿ ਗੁਰਜੀਤ ਔਜਲਾ ਨੂੰ ਲੈ ਕੇ ਬੜੀ ਸਥਿਤੀ ਕਲੀਅਰ ਹੈ, ਉਹ ਕਾਫੀ ਸਰਗਰਮ ਨੇ, ਉਹਨਾਂ ਨੇ ਬਹੁਤ ਸਾਰੇ ਪ੍ਰੋਜੈਕਟ ਲਿਆਂਦੇ, ਬਹੁਤ ਸਾਰੇ ਪ੍ਰੋਜੈਕਟ ਦੋਨਾਂ ਸਰਕਾਰਾਂ ਤੋਂ ਰੌਲਾ ਰੱਪਾ ਪਾ ਕੇ ਲਗਾਤਾਰ ਸਰਗਰਮ ਰਹਿੰਦੇ ਆ। ਖੈਰ ਪਰ ਕੌਣ ਨਹੀਂ ਚਾਹੁੰਦਾ ਕਿ ਮੈਂ ਸੱਤਾ ਨਾਲ ਜੁੜ ਜਾਂ, ਇਹ ਅਨਿਸ਼ਚਿਤਤਾਵਾਂ ਦੀ ਗੇਮ ਹੈ ਪੋਲਿਟਿਕਸ, ਤੇ ਰਹਿਣੀ ਵੀ ਚਾਹੀਦੀ ਹੈ। ਜਿੱਥੋਂ ਦੇ ਮੁੱਖ ਮੰਤਰੀ ਔਰ ਸਾਬਕਾ ਡਿਪਟੀ ਮੁੱਖ ਮੰਤਰੀ ਤੇ ਬਾਕੀ ਲੋਕ ਸਹੁੰ ਖਾ ਕੇ ਭੇਦ ਗੁਪਤ ਰੱਖਣ ਦੀ ਭੇਦ ਜ਼ਾਹਰ ਕਰ ਦਿੰਦੇ ਆ, ਉੱਥੇ ਰਿੰਕੂ ਸਾਹਿਬ ਜੇ ਕਹਿੰਦੇ ਆ ਵੀ ਗਦਾਰਾਂ ਦੀ ਲਿਸਟ, ਉਹਨਾਂ ਥੋੜੀ ਕਿਹਾ ਸੀ ਮਰੇ ਮੁਕਰੇ ਦਾ ਕੋਈ ਗਵਾਹ ਨਹੀਂ ਤੇ ਸਾਥੀ ਕੋਈ ਨਹੀਂ ਜੱਗ ਤੋਂ ਚੱਲਿਆਂ ਦਾ, ਤੇ ਉਹ ਗੁਰਦਾਸ ਮਾਨ ਦਾ ਗੀਤ ਤਾਂ ਫਿਰ ਫੇਲ ਹੋ ਜੂ ਨਾ। ਮੈਂ ਤੁਹਾਡੇ ਵੱਲ ਭਾਸਕਰ ਸਾਹਿਬ ਆਖਰੀ ਸਵਾਲ ਲਿਆਉਣਾ ਹੈ, ਕੁੰਵਰ ਵਿਜੇ ਪ੍ਰਤਾਪ ਨਾਲ ਸੰਬੰਧਿਤ ਇੱਕ ਕੱਲ ਸੁਣਵਾਈ ਸੀ, ਉਹਨਾਂ ਨਾਲ ਸੰਬੰਧਿਤ ਨਹੀਂ ਸੀ ਉਹ ਗਵਾਹਾਂ ਜਿਨ੍ਹਾਂ ਨੇ ਆਣ ਕੇ ਕਿਹਾ ਸੀ ਕਿ ਸਾਡੇ ਜਿਹੜੇ ਬਿਆਨ ਉਹਨਾਂ ਨਾਲ ਛੇੜਛਾੜ ਹੋਈ ਉਹਦੇ ਸੰਬੰਧ ਵਿੱਚ ਪੰਜਾਬ ਸਰਕਾਰ ਨੇ ਜਾਂ ਪੁਲਿਸ ਨੇ ਉੱਥੇ ਆਪਣੀ ਗੱਲ ਰੱਖਣੀ ਸੀ, ਜਰਾ ਕਲੀਅਰ ਕਰ ਦਿਓ। ਫਰੀਦਕੋਟ ਦੀ ਅਦਾਲਤ ਵਿੱਚ ਪਰ ਨਹੀਂ ਰੱਖੀ ਗਈ ਤੇ ਸੁਣਵਾਈ ਟਲ ਗਈ ਹੈ, ਕੁੰਵਰ ਵਿਜੇ ਪ੍ਰਤਾਪ ਦੇ ਮਾਮਲੇ 'ਚ ਕਾਫੀ ਇਹ ਅਹਿਮ ਮੋੜ ਹੈ, ਤੇ ਅਗਲੀ ਗੱਲ ਮੈਂ ਸੁਖਵਿੰਦਰ ਸਿੰਘ ਸੁੱਖੋ ਵਾਲੀ ਚੰਡੀਗੜ੍ਹ ਦੀ ਉਹ ਮੈਂ ਲਵਾਂਗਾ ਇੰਦਰਪ੍ਰੀਤ ਜੀ ਕੋਲੋਂ। ਜਿੱਥੇ ਤੱਕ ਗੱਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਹੈ, ਪਿਛਲੇ ਦਿਨਾਂ ਦੇ ਵਿੱਚ 7 ਗਵਾਹ ਜਿਨ੍ਹਾਂ ਦੇ ਬੇਸ ਦੇ ਉੱਤੇ ਕੋਟਕਪੂਰਾ ਤੇ ਬਹਿਬਲ ਕਰਾ ਫਾਇਰਿੰਗ ਦੇ ਵਿੱਚ ਮਾਰੇ ਗਏ, ਦੋ ਜਿਹੜੇ ਵਿਅਕਤੀ ਮਾਰੇ ਗਏ ਸੀਗੇ ਉਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਵੀ ਇਨਕਲੂਡ ਸੀਗੇ ਉਹ ਜਿਹੜੇ ਗਵਾਹ। 7 ਗਵਾਹਾਂ ਨੇ ਇੱਕ ਪਟੀਸ਼ਨ ਪਾਈ ਸੀ ਕਿ ਕੁੰਵਰ ਵਿਜੇ ਪ੍ਰਤਾਪ ਨੇ ਆਪਣੀ ਆਪਸੀ ਰੰਜਿਸ਼ ਨੂੰ ਰੱਖਦੇ ਹੋਏ ਜਿਹੜੇ ਵਿਟਨੈਸ ਸੀਗੇ ਉਹਨਾਂ ਨੂੰ ਐਕਿਊਜ਼ ਬਣਾ ਦਿੱਤਾ ਔਰ ਜਿਹੜੇ ਐਕਿਊਜ਼ ਸੀਗੇ ਉਹਨਾਂ ਨੂੰ ਵਿਟਨੈਸ ਬਣਾ ਦਿੱਤਾ, ਯਾਨੀ ਇਹ ਚੇਂਜਸ ਕੀਤੇ ਔਰ ਬੜੇ ਵੱਡੇ ਪੱਧਰ ਦੇ ਉੱਤੇ ਉਹਨਾਂ ਬਿਆਨਾਂ ਦੇ ਵਿੱਚ ਖੁਰਦ ਖੁਰਦ ਕੀਤਾ ਗਿਆ। ਔਰ ਇਹ ਕੰਪਲੇਂਟ ਤੋਂ ਬਾਅਦ ਜੱਜ ਸਾਹਿਬ ਨੇ July 3 ਦਾ ਇੱਕ ਨੋਟਿਸ ਦੇ ਦਿੱਤਾ ਸੀਗਾ SHO ਬਾਜਾ ਖਾਨਾ ਨੂੰ ਕਿ ਤੁਸੀਂ ਇਹਦੀ ਡਿਟੇਲਡ ਰਿਪੋਰਟ ਬਣਾ ਕੇ ਭੇਜੋ ਕਿ ਕੌਣ ਐਕਿਊਜ਼ ਸੀਗਾ, ਕੌਣ ਵਿਟਨੈਸ ਸੀਗਾ, ਕਦੋਂ ਐਕਿਊਜ਼ ਵਿਟਨੈਸ ਬਣਿਆ, ਵਿਟਨੈਸ ਕਦੋਂ ਐਕਿਊਜ਼ ਬਣਿਆ। ਉਹ ਡਿਟੇਲਡ ਰਿਪੋਰਟ ਭਾਵੇਂ ਇਸ ਖਬਰ ਦੇ ਵਿੱਚ ਜਾਂ ਅੱਜ ਜਿਹੜੀ ਖੱਬੀ ਖਬਰਾਂ ਦੇ ਵਿੱਚ ਕਿਹਾ ਜਾ ਰਿਹਾ ਪੰਜਾਬ ਸਰਕਾਰ ਨੇ ਨਹੀਂ ਦਿੱਤੀ, ਹੁਣ ਉਹ ਬਾਜਾ ਖਾਨਾ ਦੇ SHO ਨੇ ਇਹ ਰਿਪੋਰਟ July 3 ਜਿਹੜੀ ਕੱਲ ਦੇਣੀ ਸੀਗੀ ਨਹੀਂ ਦਿੱਤੀ। ਜੱਜ ਸਾਹਿਬ ਨਾਰਾਜ਼ ਜ਼ਰੂਰ ਹੋਏ ਔਰ ਕਹਿਤਾ ਕਿ ਹੁਣ July 21 ਨੂੰ ਇਹ ਰਿਪੋਰਟ ਜ਼ਰੂਰ ਦੇਣਾ। ਕੁੰਵਰ ਵਿਜੇ ਪ੍ਰਤਾਪ ਉਹਨਾਂ ਦਾ ਹਾਲਾਂਕਿ ਵਾਰ ਵਾਰ ਕਹਿਣਾ ਕਿ ਇਹ ਉਹਨਾਂ ਦੇ ਖਿਲਾਫ਼ ਕੀਤੀ ਗਈ ਸਾਜ਼ਿਸ਼ ਹੈ ਜਿਹਦੇ ਤਹਿਤ ਇਹ 7 ਗਵਾਹ ਮੁਕਰ ਗਏ ਨੇ, ਯਾਰ ਮੁਕਰੇ ਨੇ ਤੇ 7 ਸਾਲ 3 ਸਾਲ ਬਾਅਦ ਜਾਂ 7 ਸਾਲ ਬਾਅਦ ਕਿ ਮੁਕਰੇ ਨੇ। ਇਹ ਸਾਰੀ ਗੱਲਾਂ ਦੇ ਉੱਤੇ ਹੁਣ ਕੋਰਟਾਂ ਦੇ ਵਿੱਚ ਬਹਿਸ ਚੱਲੇਗੀ, ਬਹਿਸ ਵਿੱਚੋਂ ਕੀ ਨਿਕਲ ਕੇ ਆਉਂਦਾ ਔਰ ਖਾਸ ਕਰਕੇ ਨੋਨੀਹਾਲ ਸਿੰਘ ਜਿਹੜੇ SIT ਦੇ ਉੱਤੇ ਬੈਠੇ ਹੋਏ ਨੇ ਉਹਦੀ ਰਿਪੋਰਟ ਵੀ ਹਜੇ ਤੱਕ ਪੈਂਡਿੰਗ ਹੈਗੀ ਹੈ। ਉਸ ਰਿਪੋਰਟ ਦਾ ਇਹਨਾਂ 7 ਗਵਾਹਾਂ ਨਾਲ ਕੀ ਲਿੰਕ ਹੈਗਾ ਇਹ ਵੀ ਅੱਗੇ ਚੱਲ ਕੇ ਪਤਾ ਲੱਗੂਗਾ, ਪਰ ਫਿਲਹਾਲ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੀ ਮੁਸ਼ਕਿਲਾਂ ਇਸ ਪਟੀਸ਼ਨ ਦੇ ਰਾਹੀਂ ਔਰ July 21 ਨੂੰ ਪੰਜਾਬ ਸਰਕਾਰ ਦੇ ਜਵਾਬ ਦੇ ਰਾਹੀਂ ਉਹ ਉਜਾਗਰ ਹੋਏਗੀ ਵੀ ਕਿੰਨੀ ਕੁ ਉਹਨਾਂ ਦੀ ਮੁਸ਼ਕਿਲਾਂ ਵੱਧਦੀ ਹੈ ਜਾਂ ਫਿਰ ਉਹਨਾਂ ਦੀ ਮੁਸ਼ਕਿਲਾਂ ਦਾ ਕੋਈ ਅੰਤ ਹੁੰਦਾ। ਸੁਖਵਿੰਦਰ ਸਿੰਘ ਸੁੱਖੂ ਇੰਦਰਪ੍ਰੀਤ ਜੀ ਸ਼ਿਮਲੇ 'ਚ ਕੱਲ ਫਿਰ ਕਹਿੰਦੇ ਆ ਵੀ ਬਣਦਾ ਹਿੱਸਾ ਤੇ ਅਸੀਂ ਲੈ ਕੇ ਰਹਿਣਾ ਹੈ, ਤੇ ਹੁਣ ਜਿਹਨਾਂ ਨੂੰ ਆਪ ਕੱਖ ਨਹੀਂ ਮਿਲਿਆ ਪੰਜਾਬ ਵਾਲਿਆਂ ਨੂੰ ਇਹਨਾਂ ਕੋਲ ਕਿਹੜਾ ਹਿੱਸਾ ਲੈਣਾ, ਉਹਨਾਂ ਲੈਣਾ ਕਿਹਦੇ ਕੋਲ, ਪਹਿਲਾਂ ਇਹ ਤਾਂ ਕਲੀਅਰ ਕਰਨ ਵੀ ਉਹਨਾਂ ਨੇ ਕੇਂਦਰ ਨਾਲ ਲੜਨਾ ਹੈ, UT ਪ੍ਰਸ਼ਾਸਨ ਨਾਲ ਲੜਨਾ ਹੈ, ਕਿੱਥੋਂ ਲੈਣਾ, ਕਿਹੜੇ ਪਾਸਿਓਂ ਲਾ ਕੇ ਦੇਣਗੇ। ਸਾਡੇ ਜਿੱਦਾਂ ਆਮ ਤੌਰ ਤੇ ਪਿੰਡਾਂ ਵਾਲਿਆਂ ਕਿਸਾਨਾਂ ਦੇ ਵਿੱਚ ਹੁੰਦਾ ਹੁੰਦਾ ਨਾ ਵੀ ਚੱਲ ਤੂੰ ਲੈਂਦੇ ਪਾਸਿਓਂ ਲਾ ਲਾ ਕਨਾਲ ਯਾਰ, ਇਹਨੂੰ ਇਧਰੋਂ 4 ਮਰਲੇ ਦੇ ਦਿਓ। ਸੋ ਇਹ ਜਿਹੜਾ ਚੰਡੀਗੜ੍ਹ ਦਾ ਰਫੜ ਹੈ, ਰੌਲਾ ਹੈ, ਇਹਦੇ ਵਿੱਚ ਸੁਖਵਿੰਦਰ ਸਿੰਘ ਸੁੱਖੂ ਦੀ
ਹਿਮਾਚਲ ਨੂੰ ਕੀ ਮਿਲਣ ਵਾਲਾ ਇਹਦੇ ਉੱਤੇ ਜਰਾ। ਅੱਛਾ ਵੈਸੇ ਇੰਨੇ ਫਸੀ ਕਿਉਂ ਹੋਏ ਪਏ ਆ, ਉਹਨਾਂ ਨੂੰ ਲੱਗਦਾ ਹੈ ਕਿ ਮੈਂ ਲੜਦਾ ਨਜ਼ਰ ਆਉਣਾ ਚਾਹੀਦਾ ਆਪਣੇ ਦੇ ਆਪਣੇ ਸੂਬੇ ਦੇ ਲੋਕਾਂ ਨੂੰ, ਇੰਝ ਲੱਗਦਾ ਨਾ? ਬਿਲਕੁਲ, ਜਿਵੇਂ ਇੱਧਰ ਭਗਵੰਤ ਮਾਨ ਨੂੰ ਇਹ ਲੱਗ ਰਿਹਾ ਕਿ ਉਹ ਸਟੇਟ ਵਾਸਤੇ ਲੜ ਰਿਹਾ, ਉੱਥੇ ਸੁਖਵਿੰਦਰ ਸਿੰਘ ਨੂੰ ਵੀ ਲੱਗ ਰਿਹਾ ਕਿ ਉਹੀ ਸਟੇਟ ਵਾਸਤੇ ਲੜ ਰਹੇ ਹੈ, ਦੋਨੋਂ ਗਰਾਊਂਡ ਦੇ ਲੀਡਰ ਨੇ ਗਰਾਊਂਡ ਤੋਂ ਉੱਠ ਕੇ ਆਏ ਹੋਏ ਹੈ। ਸੋ ਚਲੋ ਆਪਾਂ ਇਸ ਗੱਲ ਨੂੰ ਛੱਡੀਏ, ਮੈਂ ਇਹ ਤੁਹਾਡੇ ਵਾਲੇ ਉਹਦੀ ਆਉਂਦਾ ਵੀ ਇੱਕ ਬਾਕੀ ਪਹਿਲੀ ਗੱਲ ਤਾਂ ਇਹ ਤੈਅ ਹੋਣਾ ਕਿ ਜਿਹੜਾ ਹਿੱਸਾ ਹੈਗਾ ਉਹ ਲੈਣਾ ਕਿਸ ਤੋਂ ਹੈ ਔਰ ਲੈਣਾ ਕਿਸ ਰੂਪ 'ਚ ਹੈ, ਕਿ ਜ਼ਮੀਨ ਦੇ ਰੂਪ 'ਚ ਲੈਣਾ ਹੈ, ਇਹ ਨਹੀਂ ਹਜੇ ਤੱਕ ਤੈਅ, ਉਹਨਾਂ ਨੇ ਉਹ ਦੱਸ ਰਹੇ ਵੀ ਕਿਸ ਰੂਪ 'ਚ ਲੈਣਾ ਹੈ, ਕਿਉਂਕਿ ਜੇ ਤਾਂ ਉਹਨਾਂ ਨੇ 7.19% ਆਪਣਾ ਇਸ 'ਚ ਲੈਣਾ ਹੈ ਤਾਂ ਜਿਹੜੇ 60 ਵਾਲੇ ਬੈਠੇ ਹੈ, ਯਾਨੀ ਜੇ ਥੋੜ੍ਹਾ ਘਟਾ ਲਓ 51 ਵਾਲੇ ਬੈਠੇ ਹੈ, ਫਿਰ ਉਹਨਾਂ ਨੂੰ ਤਾਂ ਹਜੇ ਤੱਕ ਮਿਲਿਆ ਨਹੀਂ ਹੈ। ਜਿਹੜੇ 37 ਕੁਛ ਵਾਲੇ ਰਹਿ ਗਏ ਹੈ, 37.50 ਵਾਲੇ ਜਿਹੜੇ ਹਰਿਆਣੇ ਵਾਲੇ ਆ, ਉਹਨਾਂ ਨੂੰ ਵੀ ਹਜੇ ਕੁਛ ਨਹੀਂ ਮਿਲਿਆ ਹੋਇਆ, ਤੇ ਇਹਨਾਂ ਨੂੰ ਕਿੱਥੋਂ ਦੇਣਾ ਹੈ ਤੇ ਦੇਣਾ ਕਿਹਨੇ ਹੈ? ਇੱਕ ਤਾਂ ਇਹ ਚੀਜ਼ਾਂ ਅਜੇ ਤੈਅ ਨਹੀਂ ਹੈ। ਇੱਕ ਬੜੀ ਇੰਟਰਸਟਿੰਗ ਚੀਜ਼ ਹੋਰ ਹੈ ਕਿ ਜੇ ਦੂਜਾ ਰੂਪ ਆਪਾਂ ਗੱਲ ਕਰੀਏ, ਰੰਧਾਵਾ ਸਾਹਿਬ ਇੱਕ ਵਾਰੀ ਵਿਧਾਨ ਸਭਾ ਦੇ ਵਿੱਚ ਜਦੋਂ ਓਪੋਜੀਸ਼ਨ ਦੇ ਲੀਡਰ ਸੀਗੇ ਸੁਨੀਲ ਜਾਖੜ, ਉਹਨਾਂ ਨੇ ਇਸ਼ੂ ਚੱਕਿਆ ਸੀ। ਉਹਨਾਂ ਨੇ ਕਿਹਾ ਵੀ ਜਿਹੜੇ ਯੂਪੀ ਚੰਡੀਗੜ੍ਹ ਆਪਣੀਆਂ ਜ਼ਮੀਨਾਂ ਵੇਚਦਾ ਹੈ, ਜਿਹੜੇ ਉਹਨਾਂ ਨੂੰ ਪੈਸੇ ਮਿਲਦੇ ਹੈ, ਉਹ ਪੈਸੇ ਸੈਂਟਰ ਗੌਰਮੈਂਟ ਕਿਉਂ ਲੈ ਕੇ ਜਾ ਰਹੀ ਹੈ? ਉਹ ਸਿਰਫ ਇਸ ਸ਼ਹਿਰ ਦੀ ਕੇਅਰ ਟੇਕਰ ਹੈ। ਇਹ ਸ਼ਹਿਰ ਜਿਹੜਾ ਹੈਗਾ ਉਹ ਪੰਜਾਬ ਤੇ ਹਰਿਆਣੇ ਦਾ ਸ਼ਹਿਰ ਹੈ, ਇਹ ਉਹਨਾਂ ਨੂੰ ਨਹੀਂ ਜਾਣਾ ਚਾਹੀਦਾ ਪੈਸਾ, ਉਹ ਪੈਸਾ ਉਸੇ ਪ੍ਰਪੋਰਸ਼ਨ ਚ ਇਹਨਾਂ ਸਟੇਟਾਂ ਨੂੰ ਆਉਣਾ ਚਾਹੀਦਾ ਕਿ ਇਹ ਲੈਂਡ ਉਹਨਾਂ ਦੀ ਹੈ। ਸੋ ਮੈਨੂੰ ਲੱਗਦਾ ਕਿ ਜੇ ਤਾਂ ਇਸ ਪ੍ਰਪੋਰਸ਼ਨ ਚ ਵੀ ਉਸ ਪੈਸੇ ਜਿਹੜੀ ਲੈਂਡ ਵਿਕਦੀ ਹੈ ਜਾਂ ਕੁਛ ਹੁੰਦਾ ਹੈ ਉਹਦੀ ਕਮਾਈ ਚੋਂ 7.19% ਚਾਹੁੰਦੇ ਹੈ, ਤਾਂ ਉਹ ਵੀ ਉਹਨੂੰ ਸਪਸ਼ਟ ਕਰ ਦੇਣਾ ਚਾਹੀਦਾ ਵੀ ਮੈਂ ਕਿਸ ਰੂਪ ਚ ਆਪਣਾ ਜਿਹੜਾ ਹੈਗਾ ਉਹ ਇੱਥੇ ਅਧਿਕਾਰ ਜਮਾ ਰਿਹਾ। ਅਦਰਵਾਈਜ਼ ਮੈਨੂੰ ਲੱਗਦਾ ਕਿ ਇਹ ਇੱਕ ਟੋਟਲ ਬਿਆਨਬਾਜ਼ੀਆਂ ਹੀ ਨੇ। ਬਹੁਤ ਸਾਲਾਂ ਤੋਂ ਬਿਆਨਬਾਜ਼ੀਆਂ ਪੰਜਾਬ ਅਤੇ ਹਰਿਆਣਾ ਵਾਲੇ ਕਰੀ ਜਾ ਰਹੇ ਨੇ, ਸਾਲਾਂ 1966 ਤੋਂ ਤਾਂ ਲੱਗੇ ਹੀ ਹੋਏ ਨੇ ਘੱਟੋ ਘੱਟ ਲਗਾਤਾਰ। ਹਰ ਵਿਧਾਨ ਸਭਾ ਦਾ ਜਿਹੜਾ ਗਵਰਨਰ ਐਡਰੈਸ ਸੀ ਉਹ 'ਚ ਇੱਕ ਰਸਮੀ ਰਸਮ ਅਦਾਇਗੀ ਵੀ ਕਰ ਦਿੰਦੇ ਸੀ ਕਿ ਜੀ ਚੰਡੀਗੜ੍ਹ ਸਾਡਾ, ਅਸੀਂ ਇਹਨੂੰ ਲੈ ਕੇ ਰਵਾਂਗੇ, ਔਰ ਪਿਛਲੇ ਮੈਨੂੰ ਲੱਗਦਾ ਕਿ 7-8 ਸਾਲ ਤੋਂ ਉਹ ਰਸਮ ਅਦਾਇਗੀ ਵੀ ਬੰਦ ਹੋ ਗਈ ਹੈ, ਜਦੋਂ ਕਾਂਗਰਸ ਆਈ ਸੀ ਕੈਪਟਨ ਅਮਰਿੰਦਰ ਸਿੰਘ ਦੀ 2017 'ਚ, ਉਸ ਤੋਂ ਬਾਅਦ ਇਹ ਰਸਮ ਅਦਾਇਗੀ ਵੀ ਖਤਮ ਹੋ ਗਈ ਹੈ। ਸੋ ਹੁਣ ਮੈਨੂੰ ਲੱਗਦਾ ਕਿ ਜਾਂ ਤਾਂ ਸਰ ਦੋਨਾਂ ਤੇ ਸਭਰੀਆਂ ਧਿਰਾਂ ਨੇ ਇਹ ਪੱਕੇ ਤੌਰ ਤੇ ਮੰਨ ਲਿਆ ਕਿ ਇਹ ਚੰਡੀਗੜ੍ਹ ਕਿਸੇ ਵੀ ਥਾਂ ਤੇ ਨਹੀਂ ਜਾ ਸਕਦਾ, ਇਹ ਪੰਜਾਬ ਤੇ ਹਰਿਆਣੇ ਦੇ ਵਿੱਚ ਤਾਂ ਬਿਲਕੁਲ ਨਹੀਂ ਜਾ ਸਕਦਾ, ਇਹ ਯੂਪੀ ਹੀ ਬਣਿਆ ਰਹੂਗਾ। ਇਹ ਤਕਰੀਬਨ ਸਾਰੀਆਂ ਧਿਰਾਂ ਮੰਨ ਚੁੱਕੀਆਂ ਨੇ, ਇਸ ਕਰਕੇ ਇਹ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਸੀਗਾ ਕਿ ਗਵਰਨਰ ਐਡਰੈਸ 'ਚ ਇੱਕ ਰਸਮ ਅਦਾਇਗੀ ਹੁੰਦੀ ਸੀ ਉਹ ਵੀ ਹੁਣ ਬੰਦ ਹੋ ਗਈ ਹੈ। ਉਹ ਕੈਪਟਨ ਅਮਰਿੰਦਰ ਸਿੰਘ ਨੇ ਦਰਅਸਲ ਮੇਰੇ ਵਾਂਗ ਉਹਨਾਂ ਕੋਲ ਵੀ ਚੰਡੀਗੜ੍ਹ ਦੇ ਅੰਦਰਲੇ ਘੇਰਿਆਂ 'ਚ ਘਰ ਕੋਈ ਨਹੀਂ, ਕਿਰਾਏ ਕਿਰਾਏ ਤੇ ਰਹਿੰਦੇ ਸੀ, ਗਰੀਬ ਬੰਦੇ ਸੀ ਨਾ, ਤੇ ਉਹਨਾਂ ਨੇ ਫਿਰ ਸੋਚਿਆ ਵੀ ਆਪਾਂ ਪੰਜਾਬ ਵਾਲੇ ਪਾਸੇ ਮੁੱਲਾਂਪੁਰ ਗਰੀਬਤਾ ਸਾਈਡ ਤੇ ਸਿਸਵਾ ਵਾਲੇ ਪਾਸੇ ਆਪਾਂ ਜਾ ਕੇ ਆਪਣਾ ਉੱਥੇ ਛੋਟਾ ਮੋਟਾ ਮਹਿਲ ਹੀ ਉਸਾਰਨਾ ਹੁੰਦਾ ਹੁਣ, ਰਾਜੇ ਹੋਰ ਹੋਰ ਕੋਈ ਝੌਂਪੜੀ ਤੇ ਪਾਉਣੋ ਰਹੇ, ਤੇ ਉਹਨਾਂ ਨੇ ਫਿਰ ਜਦੋਂ ਨਿਕਲ ਹੀ ਗਏ ਤੇ ਫਿਰ ਉਹਨਾਂ ਨੇ ਇਸ ਤਰ੍ਹਾਂ ਦੀ ਰਸਮ ਅਦਾਇਗੀ ਵੀ ਬੰਦ ਕਰਤੀ। ਆਪਾਂ ਰਹਿੰਦੇ ਨੀ ਚੰਡੀਗੜ੍ਹ, ਸਾਨੂੰ ਕੀ? ਪਰ ਹੁਣ ਸਵਾਲ ਇਸ ਗੱਲ ਦਾ ਹੈ, ਜਿਹੜੀ ਗੱਲ ਕਾਫੀ ਅਹਿਮ ਆ, ਕਿ ਅਗਲਿਆਂ ਨੂੰ ਉੱਥੇ ਠੰਡ ਬਹੁਤ ਵੱਧ ਜਾਂਦੀ ਆ ਦਸੰਬਰ ਦੇ ਮਹੀਨੇ 'ਚ, ਉਹਨਾਂ ਨੂੰ ਚਾਹੀਦਾ ਵਾ ਇੱਕ ਮੈਦਾਨੀ ਏਰੀਏ ਦੇ ਵਿੱਚ ਰਾਜਧਾਨੀ। ਸੋ ਉਹ ਕਹਿੰਦੇ ਵੀ ਇੰਨੇ ਕੁ ਪ੍ਰਤੀਸ਼ਤ ਦੇ ਵਿੱਚ, ਜਿੰਨਾ ਕੋ 9 ਕੁਝ ਕਹਿ ਰਹੇ ਸੀ ਇਹਦੇ ਵਿੱਚ, ਹਾਂ ਉਹਦੇ ਵਿੱਚ ਉਹਨਾਂ ਦੇ ਮੰਤਰੀਆਂ ਦੇ 2-2 ਕਨਾਲ ਦੇ, 3-3, 4-4 ਕਨਾਲ ਦੇ ਘਰ ਬਣ ਜਾਣੇ ਆ, ਕਿੱਲੇ ਕਿੱਲੇ ਦੇ ਵੀ ਬਣ ਸਕਦੇ ਆ, ਮੁੱਖ ਮੰਤਰੀ ਨੂੰ 2 ਘਰ ਚਾਹੀਦੇ ਆ, ਉਹ ਆਪਣਾ ਇੱਕ ਸਤ੍ਰਿਤ ਵੀ ਉਸਾਰ ਲੈਣਗੇ ਉੱਥੇ, ਤੇ ਉਹ 3 ਮਹੀਨੇ ਚੰਡੀਗੜ੍ਹ ਆ ਜਾਇਆ ਕਰਨਗੇ। ਸੋ ਹਿਮਾਚਲ ਭਵਨ ਵੀ ਇੱਕ ਵੱਖਰਾ ਬਣੂਗਾ ਨਵੇਂ ਸਿਰਿਓਂ, ਉੱਥੇ ਹਿਮਾਚਲ ਪੰਜਾਬ ਭਵਨ ਵਾਂਗ। ਸੋ ਇਹ ਉਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ, ਤੇ ਉਹਨਾਂ ਨੇ ਹੁਣ ਜਿਹਨਾਂ ਕੋਲ ਲੈਣੀਆਂ ਉਹਨਾਂ ਨਾਲ ਲੜਨ, ਜਾਂ ਫਿਰ ਪੰਜਾਬ ਨਾਲ ਸਿੱਧੇ 2 ਹੱਥ ਕਰਨ, ਤੇ ਮੁੱਖ ਮੰਤਰੀ ਸਾਹਿਬ ਨੂੰ ਫਿਰ ਨਵਾਂ ਟਵੀਟ ਕਰਨ ਦਾ ਮੌਕਾ ਮਿਲਣਾ ਚਾਹੀਦਾ, ਅੱਜ ਉਹਨਾਂ ਨੂੰ ਯਾਦ ਕਰਾਉਂਦੇ ਆ ਵੀ ਗੁਆਂਢੀ ਵੀ ਬੜਕਾ ਮਾਰਦੇ, ਇਕੱਲੇ ਕਾਂਗਰਸ ਹੀ ਨਹੀਂ ਮਾਰਦੇ, ਉੱਧਰ ਵੀ ਹੋਵੋ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।